ਕਾਂਛੀ ਟੀਵੀ ਨੂੰ ਦੇਖ ਰਹੇ ਸਤ ਸੰਗਤ ਜੀ, ਜੈ ਗੁਰਦੇਵ, ਧੰਨ ਗੁਰਦੇਵ। ਆਓ ਅਸੀਂ ਸਤਿਗੁਰੂ ਦਾਸ ਮਹਾਰਾਜ ਦਾ ਓਟ ਆਸਰਾ ਲੈ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜਿਸ ਤਰ੍ਹਾਂ ਹਰੇਕ ਵੀਰਵਾਰ ਨੂੰ ਸਾਡੇ ਕੋਲ ਗੈਸਟ ਆਉਂਦੇ ਹਨ ਭਾਰਤ ਦੇਸ਼ ਦੀ ਧਰਤੀ ਤੋਂ ਜਾਂ ਕਿਸੇ ਵੀ ਕੋਨੇ ਦੁਨੀਆ ਦੇ ਕੋਨੇ ਕੋਨੇ ਚੋਂ, ਅੱਜ ਸਾਡੇ ਸਟੂਡੀਓ ਦੇ ਵਿੱਚ ਕੌਮ ਦੀ ਸੋਚ ਦੇ ਵਿੱਚ ਸਾਡੇ ਕੋਲ ਬਾਮਨ ਰਮੇਸ਼ ਰਾਮ ਜੀ, ਜੋ ਬਾਮਸੇਫ ਦੇ ਨੈਸ਼ਨਲ ਪ੍ਰੈਜੀਡੈਂਟ ਹਨ, ਉਹ ਆਏ ਹਨ ਜੀ, ਆਇਆ ਕਹਿੰਦੇ ਹਨ ਜੀ। ਤੇ ਨਾਲ ਸਾਡੇ ਸੱਜੇ ਹੱਥ ਹਨ ਰਵਿੰਦਰ ਚੌਹਾਨ ਜੀ, ਜਿਸ ਤਰ੍ਹਾਂ ਹਰੇਕ ਵੀਰਵਾਰ ਸਾਡੇ ਨਾਲ ਆਉਂਦੇ ਹਨ। ਜੈ ਗੁਰਦੇਵ ਜੀ, ਧੰਨ ਗੁਰਦੇਵ। ਤੇ ਅਸੀਂ ਹੁਣ ਪਹਿਲਾਂ ਇੱਕ ਗੀਤ ਸੁਣਾਂਗੇ, ਉਸ ਤੋਂ ਗੀਤ ਤੋਂ ਬਾਅਦ ਅਸੀਂ ਤੁਹਾਡੀਆਂ ਲਾਈਵ ਕਾਲਾਂ ਲਵਾਂਗੇ ਜੀ।
आप सारे जानते हो कि आज भगवान वाल्मीकि जी महाराज का प्रगट दिवस है। अज कांछी टीवी की टीम वालों और साडे पैनल वालों उन्होंने सारी जगत नूं लख लख बधाई दिंदे हां। ते आप जानते हो कि अज सुबह तो ही भगवान वाल्मीकि मंदिर जो अमृतसर दे विच है उत्थे लाइव प्रोग्राम सवेर तो चल रहा सी। इस दे विच कांछी टीवी भी बधाई का पात्र है। साडे प्रधान जी बंगा जी भोली जी सारे जिन्ने साडे ट्रस्टी है सारे बधाई के पात्र हैं जिन्होंने एक उपराला बहुत वड्डा उपराला किया जिहड़ा दो कम्मां नूं इकट्ठे करके अज इह एक मिशन जो आरंभिया है। ये परमात्मा करे सतगुरु दास महाराज जी कृपा करन भगवान वाल्मीकि जी कृपा करन बाबा साहब डॉक्टर वीर कृपा करन के साडी जिहड़ी कौम आ इसे तरह एक जुड़ के एक थे बैठ के एक थे काम करिए तां कि जिहड़ा साडा मिशन आ जिस तरह बम सेफ वाले साडे कोल लीडर बैठे हैं ये जिहड़ा मिशन आ साडा कामयाब हो सके। चौहान जी पहला तुसीं बधाइयां आपां फिर बाद गलबात करते हैं। हाँ जी कांछी टीवी से सारे भैणा भरा जागर देव धन गुरु देव जिस तरह तो कांछी टीवी तो अज सवेर तो भगवान श्री वाल्मीकि जी के जन्म दिहाड़े से ये खुशियां बारे दिन रात थी। इतने मैं एक गल कहना चाहना कि भारत देश गुरुआ पीर की धरती है जिन्हें साडे महापुरश साडे पैगंबर भारत देश विच होए शायद मेरा ख्याल किसी दुनिया के होर हिस्से विच होए। इतने मैं गल कहना चाहना भी जिन्हें पैगंबर होए अज असी जे उन्होंने जो बाणी जो उन्होंने सिक्ख्या ਉਹਨੂੰ ਅਸੀਂ ਮੰਨ ਲਈਏ ਜਾਂ ਮੰਨ ਕੇ ਅਸੀਂ ਇੱਕ ਬਿਲਕੁਲ ਆਪਸ ਵਿੱਚ ਭਾਈਚਾਰਾ ਵਧਾ ਸਕਦੇ ਹਾਂ। ਜਿਸ ਤਰ੍ਹਾਂ ਤੁਸੀਂ ਹੁਣੇ ਕਿਹਾ ਵੀ ਕਾਂਛੀ ਟੀਵੀ ਦੀ ਇੱਕ ਬਹੁਤ ਵੱਡੀ ਉਪਲਬਧੀ ਹੈ ਕਿ ਕਿਸ ਤਰੀਕੇ ਨਾਲ ਭਗਵਾਨ ਸ਼੍ਰੀ ਵਾਲਮੀਕਿ ਦੇ ਜਿਹੜੇ ਵੀ ਪੈਰੋਕਾਰ ਸਨ ਉਹ ਕਿਸ ਤਰ੍ਹਾਂ ਇੱਕ ਸਟੇਜ ਤੇ ਆ ਕੇ ਇੱਕ ਪਲੇਟਫਾਰਮ ਆ ਕੇ ਸ਼੍ਰੀ ਗੁਰਦਾਸ ਮਹਾਰਾਜ ਜੀ ਦੀ ਬਾਣੀ ਦੇ ਜਾਂ ਸਾਰਾ ਕੋਈ ਇਕੱਠੇ ਹੋ ਕੇ ਪ੍ਰੋਗਰਾਮ ਕਰਾ ਰਹੇ ਹਨ। ਅਸੀਂ ਕਿਉਂ ਨਹੀਂ ਕਰ ਸਕਦੇ, ਅਸੀਂ ਕਿਉਂ ਨਹੀਂ ਕਰ ਰਹੇ? ਸਾਰੇ ਵੀ ਜਿੰਨੇ ਚਾਹੇ ਸ਼੍ਰੀ ਗੁਰੂ ਨਾਨਕ ਦੇਵ ਜੀ ਹੋਏ ਸਨ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੋਣ ਜਾਂ ਜਿੰਨੇ ਵੀ ਦਸਮ ਗੁਰੂ ਹੋਏ ਹਨ, ਹੋਰ ਕਿੰਨੇ ਵੀ ਪੀਰ ਹੋਏ, ਉਹਨਾਂ ਨੇ ਇੱਕ ਮਾਨਵਤਾ ਨੂੰ ਇੱਕ ਦੁਨੀਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ। ਜਿੰਨੇ ਉੱਥੇ ਸਾਡੇ ਮਹਾਂਪੁਰਸ਼ ਹੋਏ ਉਨੇ ਜ਼ਿਆਦਾ ਤਸ਼ੱਦਦ ਉਨੇ ਜਾਤ ਪਾਤ ਦਾ ਕੋੜ ਸਾਡੇ ਭਾਰਤ ਦੇਸ਼ ਵਿੱਚ ਹੋ ਰਿਹਾ ਹੈ। ਆਓ ਅਸੀਂ ਜਿੰਨਾ ਜਿੰਨਾ ਇਹਨਾਂ ਗੁਰੂਆਂ ਪੀਰਾਂ ਦੀ ਮਹਾਂਪੁਰਸ਼ਾਂ ਦੀ ਬਾਣੀ ਨੂੰ ਮੰਨਾਂਗੇ, ਇਹਨੂੰ ਮੰਨ ਕੇ ਅਸੀਂ ਸਿਰਫ ਇੱਕ ਮੈਂ ਜ਼ਰੂਰ ਕਹਿਣਾ ਚਾਹੁੰਦਾ ਹਾਂ, ਸਾਲ ਤੋਂ ਬਾਅਦ ਜਨਮ ਦਿਹਾੜਾ ਮਨਾਉਣਾ ਦਾ ਕੋਈ ਫਾਇਦਾ ਨਹੀਂ। ਜੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਅਸੀਂ ਮਹਾਂਪੁਰਸ਼ਾਂ ਨੇ ਜੋ ਸਾਨੂੰ ਸਿੱਖਿਆ ਦਿੱਤੀ ਹੈ ਦੇ ਰਹੇ ਹਨ, ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਸਾਡੀ ਉਹਨੂੰ ਅਸੀਂ ਵਸਾ ਕੇ ਅਸੀਂ ਭੈਣ ਭਰਾਵਾਂ ਦੇ ਨਾਲ ਇੱਕ ਅੱਜ ਇਹ ਜਿਹੜੀ ਵਧਾਈ ਦੇ ਰਹੇ ਅਸੀਂ ਸ਼੍ਰੀ ਗੁਰੂ ਵਾਲਮੀਕਿ ਨੂੰ ਪੈਰੋਕਾਰਾਂ ਨੂੰ ਨਹੀਂ, ਉਹ ਸਾਰੀ ਦੁਨੀਆਂ ਦੇ ਪੈਗੰਬਰ ਹੋਣ, ਉਹਨਾਂ ਨੇ ਇੱਕ ਆਵਾਜ਼ ਦਿੱਤੀ ਹੈ ਸਾਰੀ ਦੁਨੀਆਂ ਨੂੰ। ਇਹ ਨਹੀਂ ਕਹਿ ਸਕਦੇ ਸਿਰਫ ਉਹ ਜਿਹੜੇ ਥੋੜੇ ਜਿਹੇ ਸੱਜਣ ਉਹ ਪੈਰੋਕਾਰ ਉਹਨਾਂ ਲਈ ਹੈ, ਅੱਜ ਸਾਰੀ ਦੁਨੀਆਂ ਨੂੰ ਅਸੀਂ ਵਧਾਈ ਦੇ ਰਹੇ ਹਾਂ ਕਾਂਛੀ ਟੀਵੀ ਵੱਲੋਂ ਅੱਜ, ਤਾਂ ਕਿ ਅਸੀਂ ਰਲ ਮਿਲ ਕੇ ਸਾਰੇ ਜਿੰਨੇ ਗੁਰੂ ਪੀਰਾਂ ਮੰਨਣ ਵਾਲੇ ਉਹਨਾਂ ਨੂੰ ਬਾਣੀ ਨੂੰ ਮੰਨੀਏ, ਮੰਨ ਕੇ ਅਸੀਂ ਆਪਣਾ ਜੀਵਨ ਜੋ ਹੈ ਸਾਨੂੰ ਮਿਲਿਆ ਉਹਨੂੰ ਸਹਿਲਾ ਕਰ ਸਕਦੇ। ਥੈਂਕ ਯੂ ਚੌਹਾਨ ਸਾਹਿਬ। ਇਹ ਜੋ ਪ੍ਰੋਗਰਾਮ ਹੈ ਇਸ ਵੇਲੇ ਲਾਈਵ ਪ੍ਰੋਗਰਾਮ ਜੋ ਫੇਸਬੁੱਕ ਤੇ ਚੱਲ ਰਿਹਾ ਹੈ ਤੁਸੀਂ ਫੇਸਬੁੱਕ ਓਪਨ ਕਰਕੇ ਵੀ ਦੇਖ ਸਕਦੇ ਹੋ। ਹਾਂਜੀ ਪਵਨ ਮਹੇਸ਼ ਰਾਮ ਜੀ ਸਾਡੇ ਕੋਲ ਬੈਠੇ ਹਨ। ਹਾਂਜੀ ਤੁਸੀਂ ਅੱਜ ਕੀ ਕਹਿਣਾ ਚਾਹੁੰਦੇ ਹੋ ਇਸ ਪ੍ਰੋਗਰਾਮ ਬਾਰੇ? ਮੈਂ ਵੀ ਸਭੀ ਲੋਗੋ ਕੋ ਜੋ ਟੀਵੀ ਕੇ ਦਰਸ਼ਕ ਹੈ, ਕਾਂਛੀ ਟੀਵੀ ਕੇ ਦਰਸ਼ਕ ਹੈ ਜੀ, ਉਨ ਸਭੀ ਲੋਗੋ ਕੋ ਮੈਂ ਆਜ ਕੇ ਦਿਨ ਕੇ ਲੀਏ ਉਨਕੋ ਸ਼ੁਭ ਸ਼ੁਭ ਭਾਵਨਾ ਵਿਅਕਤ ਕਰਤਾ ਹੂੰ ਔਰ ਉਨ ਸਭੀ ਲੋਗੋ ਕੋ ਸ਼ੁਭ ਕਾਮਨਾਏ ਦੇਤਾ ਹੂੰ ਆਜ ਕੇ ਦਿਨ ਕੇ ਲੀਏ। ਥੈਂਕ ਯੂ ਜੀ। ਤੇ ਪਵਨ ਮਿਸ਼ਰਮ ਜੀ ਜੋ ਆਪਣਾ ਪ੍ਰੋਗਰਾਮ ਸੀ ਅੱਜ ਦਾ ਜਿਹੜਾ ਸਾਡਾ ਸੀ ਆਪ ਦੇ ਬਾਰੇ ਸੀ ਅੱਜ ਦਾ ਪ੍ਰੋਗਰਾਮ ਜਿਹੜਾ ਘੰਟੇ ਦਾ, ਲੇਕਿਨ ਅੱਜ ਜੋ ਸਾਡੇ ਵਿੱਚ ਖੁਸ਼ੀ ਦੀ ਲਹਿਰ ਹੈ ਉਸ ਨੂੰ ਵੀ ਅਸੀਂ ਅਗਨੋਲਿਆ ਨਹੀਂ ਕਰ ਸਕਦੇ। ਤੇ ਤੁਹਾਡਾ ਜੋ ਪ੍ਰੋਗਰਾਮ ਹੈ ਘੰਟਾ ਪਹਿਲਾਂ ਰਿਕਾਰਡ ਕੀਤਾ ਗਿਆ ਹੈ ਉਹ ਅਗਲੇ ਹਫਤੇ ਜਾਂ ਇਸ ਹਫਤੇ ਦੇ ਵਿੱਚ ਹੀ ਰਿਪੀਟ ਕੀਤਾ ਜਾਵੇਗਾ, ਲੇਕਿਨ ਮੇਰੇ ਕੋਲ ਇੱਕ ਦੋ ਸਵਾਲ ਆਪਦੇ ਲਈ ਹੈ। ਆਪ ਥੋੜੇ ਟਾਈਮ ਦੇ ਵਿੱਚ ਲੇਕਿਨ ਇਸ ਜੋ ਇੱਕ ਮੇਰੇ ਪਾਸ ਮੁੱਦਾ ਹੈ ਇਹਦਾ ਟਾਈਮ ਤੋਂ ਬਹੁਤ ਚਾਹੀਦਾ ਇਸ ਮੁੱਦੇ ਲਈ, ਲੇਕਿਨ ਸ਼ੋਰਟ ਟਾਈਮ ਦੇ ਵਿੱਚ ਤੁਸੀਂ ਦੱਸਣਾ ਕਿ ਪੂਨਾ ਪੈਕਟ ਕਿਆ ਸੀ ਜੋ ਬਾਬਾ ਸਾਹਿਬ ਨੇ ਤੇ ਗਾਂਧੀ ਦੇ ਵਿੱਚ ਹੋਇਆ, ਉਹ ਪੂਨਾ ਪੈਕਟ ਜਿਹੜਾ ਹੈ ਉਸ ਦੇ ਵਿੱਚ ਕੀ ਰੋਲ ਸੀ ਬਾਬਾ ਸਾਹਿਬ ਦਾ ਤੇ ਗਾਂਧੀ ਦਾ ਕੀ ਰੋਲ ਸੀ ਔਰ ਸਾਡੇ ਭਾਰਤ ਦੇਸ਼ ਦੇ ਜਿਹੜੇ ਆਦਿਵਾਸੀ ਅਸੀਂ ਲੋਕ ਹਾਂ ਉਹਨਾਂ ਦੇ ਉੱਤੇ ਉਹਨਾਂ ਦੀ ਕਿੰਨੀ ਕੁ ਸੱਟ ਵੱਜੀ? ਇਸ ਮੈਂ ਸਭ ਤੋਂ ਅਹਿਮ ਬਾਤ ਇਹ ਥੀ ਕਿ ਅੰਗਰੇਜ਼ੋ ਕੇ ਸਾਥ ਸੰਘਰਸ਼ ਕਰਕੇ ਬਾਬਾ ਸਾਹਿਬ ਅੰਬੇਡਕਰ ਨੇ ਸੈਪਰੇਟ ਇਲੈਕਟੋਰੇਟ ਕਾ ਅਧਿਕਾਰ ਹਾਸਿਲ ਕੀਆ ਥਾ ਜਿਸ ਕੇ ਤਹਿਤ ਅਛੂਤੋ ਕੋ ਆਪਣੇ ਪ੍ਰਤੀਨਿਧੀ ਚੁਣਨੇ ਕਾ ਆਪਣੇ ਵੋਟੋ ਕੇ ਆਧਾਰ ਪਰ ਚੁਣਨੇ ਕਾ ਅਧਿਕਾਰ ਮਿਲਾ ਥਾ। ਜਬ
ये अधिकार मिला तो इसके विरोध में गांधी जी के द्वारा उपवास आमरण अनशन किया गया था, और आमरण अनशन के बाद पूना पैक्ट हुआ, और पूना पैक्ट में सेपरेट लोकटेट खत्म कर दिया गया और ज्वाइंट लोकटेट लागू कर दिया गया जी। आज आजाद भारत में ज्वाइंट लोकटेट लागू है, जिसके तहत 131 मेंबर पार्लियामेंट और 1250 से ज्यादा एमएलए चुनकर जाते हैं। क्योंकि ये ज्वाइंट लोकटेट है, इसलिए उनको अपना सही और सच्चा नुमाइंदा चुनकर भेजने के अधिकार से वंचित कर दिया गया है, और इसी वजह से हम लोगों को वास्तविक अधिकार नहीं मिल रहे हैं। पूना पैक का निचोड़ ये है कि पूना पैक के द्वारा सही और सच्चा प्रतिनिधि चुनने के अधिकार से वंचित कर दिया गया है, ये उसका निचोड़ है। थैंक यू जी। देखो पूना पैक्ट के बारे उन्होंने दसिया जो साढ़े किस तरह असी उस चीज तो जो वोट हक से उस अपना नुमाइंदा चुन का हक जो साढ़े तो खोलिया गया। असी इन्होंने गलबात इसे तरह जरूर करांगे विच विच ते, लेकिन अज जो असी लाइव कॉलम भी बाद च लैनिया है क्योंकि भगवान वाल्मीकि महाराज का अज प्रगट दिवस है, तो साढ़े को एक दो अनाउंसमेंटा भी हैं वह भी करते चलीए। साढ़े देवराज चौंक जी दे पोते दा ते दादी परमजीत कौर दे पोते दा अज बर्थडे है, 11वां बर्थडे है उन्हां दा, ते पीनिक सिंह चौंक जी ते उन्हां दे डैडी जिहड़े आ पिता जी अरजिंदर सिंह चौंक ते माता जिहड़ी मोनका चौंक, उन्हां दे बच्चा जिहड़ा आ उन्हां दा लड़का आ 11 साल दा होया अज, ते अज भगवान वाल्मीकि महाराज दा ही प्रगट दिवस आ। उन्होंने अज सानूं 70 पाउंड भेजे, 50 पाउंड भेजे जो कांछी टीवी ते अज लाइव प्रोग्राम अमृतसर तों होया, 20 पाउंड उन्हां ने दित्ते आ काके दी खुशी च। असीं इही सतगुरु दास महाराज के चरणों च अरदास करते हैं कि इस बच्चे नू अपने बाबे अरगा दादी अरगा माता पिता वर्गा बनाओ और उच्ची विद्या हासिल करके अपनी कौम का नाम उच्चा करे, अपनी कौम का कोई मिशन का कम कर सके। असी उस नू यही कांची टीवी वालों बधाई देंदे आ। नाल दी नाल 10 तरीक मंगलवार जो आ रहा है लंडन पार्लियामेंट विच भगवान वाल्मीकि जिहड़ी सभा आ अपने बेडफोर्ड की, उन्हां वल्लों प्रोग्राम भगवान वाल्मीकि महाराज का प्रगट दिवस लंडन पार्लियामेंट विच मनाया जा रहा है 2 बजे तो 4 बजे तक। सदे पत्र वाले जिन्होंने इनविटेशन जा चुके उही जा सकते हैं, ते ज्यादा उत्थे उन्हां दी कैपेसिटी नहीं है जिहड़े लोग जाके अंदर बैठ सकन, ते सारा असीं उन्हां नूं भी बधाई दिंदे हां कि जिन्होंने एक उपराला किया। ते इसे तरह जिहड़ा 15 तरीक नूं एतवार वाले दिन आ कांछी टीवी दा स्टूडियो जो वैस्ट ब्रह्म च आ कांछी टीवी दा स्टूडियो, उत्थे सारा दिन भगवान वाल्मीकि महाराज का प्रगट दिवस जिहड़ा मनाया जाएगा 15 तरीक नूं कांछी टीवी दा स्टूडियो हैलीटॉप दे विखे। ते सारियां भगवान वाल्मीकि सभावां, अंबेडकर सभावां, सतगुरु दास महाराज दी सभावां, अंबेडकर बुद्धिस्ट एसोसीएशन जिन्नियां भी है सारिया नूं सत्ता पत्र है तां कि जिहड़ी अपनी कम्यूनिटी और अपनी यूनिटी आपां दुनिया नूं दिखा सकीए कि साडे साडे जिहड़े लोग आ असीं बंडे होए नहीं, बांटे होए आ। जिस तरह साडे बाबा नवेश राम जी ने पहलां कहा असीं बंडे नहीं होए नहीं, सानूं बंडिया गया आ, इक आपां इकट्ठे हो गए दिखा दईए कि असीं इकट्ठे आ। ते इह सन ते जिस तरह मेहर चंद जसल जी ग्लासगो वालिआं ने भी मैनूं परसों फोन कीता सी, उन्होंने कांछी टीवी की बड़ी शोभा की, और नाल उन्होंने यह भी गल कही आ कि सानूं लोग कहिंदे आ जिहड़े ग्लासगो वाले आ बड़े पैसे वाले आ बिजनेसमैन आ लेकिन काम कोई नहीं करते। उन्होंने कहा भी साडी मीटिंगां एक दो होईआं हन, असी जल्द ही कांछी टीवी के उत्ते प्रोग्राम शुरू करेंगे। मेहर चंद जसल जी तुहाडा बहुत बहुत धन्नवाद जिहड़ा तुसीं कांछी टीवी नूं देखदे हो और हौसला अफजाई करदे हो। ते हाँ जी चौहान जी तुसीं होर की कहना चाहुंदे हो? हाँ जी जिस तरह बाबू मेशराम जी ने दसिया भी पूना पिंड की गल की, ए थोड़ा जा टच करना चाहता, ए कोई शक नहीं बाबा साहब जी ने जो कुछ किया पूना पिंड जो करना चाहते कर नहीं सके जी। उन्होंने चाहे प्रेशर से चाहे गांधी जी का मन मत रखा कई किता जो भी मैं कहना चाहना जो भी करना चाहते कर नहीं सके। उन्होंने वेले ए सब नू पता है कि जे सारे भी जेडे के फॉरनर ऑथर फॉरनर जेडे लिटरेरी सन उन्हां दी किताबां उत्थे मिलदियां सन बाबा साहब दी, उन्हां दे जींदे वेले उन्हां दी जेडी के बुक सी जां ओह जेडी पेपर कढ़दे सी, पहली गल तां इकोनॉमिकली ओह बहुत वीक सन, ओह एक जेड़ा मैसेज देना चाहुंदे दे नहीं सके, ओह इस करके ओह कढ़ ही नहीं सके। उन्हां दा लिटरेचर नूं दबाया गया तां कि जो करना चाहुंदे ने किसे आम लोकां दे ओह गल जवान विच ना पै जावे। बाबा साहब दे मिशन नूं दबाया गया दबाते रहे, यह मैं जरूर गल कह सकता बाबू कांछी राम जी तो बाद जोड़े बाबा साहब का मिशन एक फिर थोड़ी बहुती होंद दे विच आया। अज भी जिहड़ी कि मैं कहूंगा भी कांछी टीवी भी एक इस चीज का बधाई का पात्र है। असी बार बार हुण भगवान वाल्मीकि जी का प्रोग्राम लैके इसे आए, इस तरह बाबा साहब के प्रोग्राम कंटीन्यूअसली
ਜਦੋਂ ਜਦੋਂ ਵੀ ਉਹਨਾਂ ਦਾ ਕੋਈ ਵੀ ਐਕਟੀਵਿਟੀ ਆਉਂਦੀ ਹੈ ਸਾਡੇ ਸਮਾਜ ਦੇ ਵਿੱਚ, ਜੋ ਵੀ ਕੋਈ ਚਾਹੇ ਪਾਰਲੀਮੈਂਟ ਦੇ ਵਿੱਚ ਪ੍ਰੋਗਰਾਮ ਹੈ, ਚਾਹੇ ਇੰਡੀਆ ਦੇ ਵਿੱਚ ਕਿਸੇ ਕੋਨੇ ਤੇ ਆ, ਜਾਂ ਕਿਸੇ ਵੀ ਬੁੱਧਾ ਵਿਹਾਰੇ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ, ਕੌਂਸੀ ਟੀਵੀ ਵੱਧ ਚੜ ਕੇ ਉਹਨੂੰ ਲਿਆ ਕੇ ਇੱਕ ਤੁਹਾਡੀ ਭੈਣਾਂ ਭਰਾਵਾਂ ਦੇ ਵਿੱਚ ਸ਼ੇਅਰ ਕਰਨਾ ਚਾਹੁੰਦਾ ਹੈ, ਜਿੱਦਾਂ ਬਾਬੂ ਮਿਸ਼ਰ ਰਾਮ ਜੀ ਅੱਜ ਬੈਠੇ ਹਨ। ਅਸੀਂ ਸਾਡੀ ਕੋਸ਼ਿਸ਼ ਹੈ ਜੋ ਇਹਨਾਂ ਦੀ ਲਹਿਰ ਹੈ ਉਹ ਕਿੱਥੇ ਦਾ ਕੰਮ ਜਾ ਕੀ ਕਰਨਾ ਚਾਹੁੰਦਾ, ਕੀ ਗੱਲ ਵੱਖਰੀ, ਅਸੀਂ ਪਰ ਤੁਹਾਡੇ ਭੈਣਾਂ ਭਰਾਵਾਂ ਦੇ ਨਾਲ ਸ਼ੇਅਰ ਕਰਨਾ ਚਾਹੁੰਦੇ ਇਹਨਾਂ ਦਾ ਕੀ ਮਿਸ਼ਨ ਹੈ। ਇਸੇ ਤਰ੍ਹਾਂ ਹੀ ਮਿਸ਼ਨ ਚੱਲਦਾ ਰਹੇ। ਅੰਤ ਵਿੱਚ ਇੱਕ ਮੈਂ ਫਿਰ ਕਹਿਣਾ ਚਾਹੁੰਦਾ ਹੈ, ਆਓ ਸਾਰੇ ਇਕੱਠੇ ਹੋ ਕੇ ਅੱਜ ਇੱਕ ਪ੍ਰਣ ਕਰ ਲਈਏ ਵੀ ਜਿਹੜੇ ਜਿਹੜੇ ਵੀ ਗੁਰੂ ਪੀਰ ਹਨ, ਕੋਈ ਕਿਉਂਕਿ ਮਾਨਵ ਦੀ ਜਿਹੜੀ ਜਾਤ ਹੈ ਸਾਰੀ ਇੱਕੋ ਹੀ ਹੈ, ਸਾਰੇ ਕੋਈ ਛੋਟਾ ਵੱਡਾ ਕੋਈ ਨਹੀਂ ਗੀ, ਇਹ ਵੱਡੀਆਂ ਪਾਈਆਂ ਗਈਆਂ ਮਨੁਵਾਦ ਕਰਕੇ ਜਾਂ ਵੱਡੀਆਂ ਪਾਈਆਂ ਗਈਆਂ ਸਾਡੇ ਜਿਹੜੇ ਕਿ ਲੋਕੀ ਸਾਡੀ ਕਮਿਊਨਿਟੀ ਨੂੰ ਸਾਡੀ ਕੌਮ ਨੂੰ ਯੂਜ ਕਰਦੇ ਸਨ, ਅੱਜ ਉਹ ਗੱਲ ਸਮਝ ਕੇ ਉੱਠ ਕੇ ਜੇ ਅਸੀਂ ਇੱਕ ਦਿਨ ਗੱਲ ਬੱਕੜੀ ਪਾ ਲਈਏ, ਅੱਜ ਉਹ ਦਿਨ ਦੂਰ ਨਹੀਂ। ਬਾਬਾ ਸਾਹਿਬ ਦਾ ਜੋ ਮਿਸ਼ਨ ਸੀ, ਬਾਬਾ ਸਾਹਿਬ ਜੋ ਚਾਹੁੰਦੇ ਸਨ, ਜਾਂ ਗੁਰੂ ਪੀਰ ਜੇ ਚਾਹੇ ਭਗਵਾਨ ਵਾਲਮੀਕ ਜੀ ਸਨ, ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸਨ, ਉਹਨਾਂ ਨੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ, ਬੇਗਮਪੁਰਾ ਵਸਾਉਣ ਦੀ ਗੱਲ ਕੀਤੀ। ਬੇਗਮਪੁਰਾ ਜੀ ਵਸਾਉਣਾ ਹੈ ਸਾਨੂੰ ਆਪਸ ਵਿੱਚ ਇੱਕ ਪੇਮ ਪਿਆਵ, ਇੱਕ ਦੂਜੇ ਤੇ ਕਿੰਤੂ ਪ੍ਰੰਤੂ ਕਰਨ ਦੀ ਬਜਾਏ ਇੱਕ ਦੂਜੇ ਨਾਲ ਇਕੱਠੇ ਹੋ ਕੇ ਗੱਲ ਕਰਾਂਗੇ ਤਾਂ ਅਸੀਂ ਉਹ ਸੁਪਨਾ ਪੂਰਾ ਕਰ ਸਕਾਂਗੇ। ਥੈਂਕ ਯੂ ਵੈਰੀ ਮੱਚ ਜੀ ਚੌਹਾਨ ਜੀ, ਬਹੁਤ ਵਧੀਆ। ਤੇ ਮੈਂ ਬਮਨ ਮਹੇਸ਼ ਰਾਮ ਜੀ ਇੱਕ ਤੁਹਾਨੂੰ ਸਵਾਲ ਇੱਕ ਹੋਰ ਹੈ ਛੋਟਾ ਜਿਹਾ। ਜਦੋਂ ਕੋਈ ਚਪੜਾਸੀ ਦੀ ਨੌਕਰੀ ਲੈਣ ਜਾਂਦਾ ਹੈ ਉਸਨੂੰ ਕੁਆਲੀਫਿਕੇਸ਼ਨ ਪੁੱਛੀ ਜਾਂਦੀ ਹੈ, ਉਹਨੂੰ ਜੇ ਉਹਦੀ ਕੁਆਲੀਫਿਕੇਸ਼ਨ ਕੋਈ ਨਹੀਂ ਹੈਗੀ ਤਾਂ ਉਹਨੂੰ ਚਪੜਾਸੀ ਦੀ ਨੌਕਰੀ ਵੀ ਨਹੀਂ ਦਿੱਤੀ ਜਾਂਦੀ। ਲੇਕਿਨ ਇੱਕ ਭਾਰਤ ਦੇਸ਼ ਪੰਜਾਬ ਦਾ ਜੇ ਚੀਫ ਮਿਨਿਸਟਰ ਜਾਂ ਕਿਸੇ ਹੋਰ ਸਟੇਟ ਦਾ ਚੀਫ ਮਿਨਿਸਟਰ ਬਣਨਾ ਹੋਵੇ, ਉਹ ਜੇ ਕੋਈ ਕੁਆਲੀਫਿਕੇਸ਼ਨ ਨਹੀਂ ਹੈਗੀ ਤਾਂ ਉਹ ਚੀਫ ਮਿਨਿਸਟਰ ਬਣ ਜਾਂਦਾ ਹੈ ਤੇ ਉਸਦੇ ਗੱਲ 'ਚ ਫੁੱਲਾਂ ਦੇ ਹਾਰ ਪਾਏ ਜਾਂਦੇ ਹਨ। ਜੋ ਸਕੂਲ ਦੇ ਵਿੱਚ ਕਦੀ ਮਿਨਿਸਟਰ ਗਿਆ ਨਹੀਂ ਹੁੰਦਾ ਉਹ ਸਿੱਖਿਆ ਮੰਤਰੀ ਬਣ ਜਾਂਦਾ ਹੈ, ਜੋ ਜਿਸ ਨੇ ਕਰਿਆਨੇ ਦੀ ਦੁਕਾਨ ਨਹੀਂ ਕੀਤੀ ਹੁੰਦੀ ਉਹ ਮਨੇ ਵਣਜ ਮੰਤਰੀ ਬਣ ਜਾਂਦਾ ਹੈ, ਜਿਸ ਨੇ ਬੇਟਾ ਜਾਂ ਬੇਟੀ ਜਿਸ ਦੀ ਕੋਈ ਕਦੀ ਵੀ ਰੱਖ ਦੂਏ ਮਿਲਟਰੀ ਦੇ ਵਿੱਚ ਫੌਜ ਦੇ ਵਿੱਚ ਕਦੀ ਦਾਖਲ ਨਾ ਕੀਤਾ ਹੋਵੇ ਉਹ ਰੱਖਿਆ ਮੰਤਰੀ ਬਣ ਜਾਂਦਾ ਹੈ। ਇਸੇ ਤਰ੍ਹਾਂ ਵਿਗਿਆਨ ਦਾ ਜਾਂ ਟੈਕਨੋਲੋਜੀ ਦਾ ਕੋਈ ਜਾਣਦਾ ਹੀ ਨਹੀਂ ਹੁੰਦਾ ਉਹਨੂੰ ਵਿਗਿਆਨਕ ਤੇ ਉਹਨੂੰ ਸਾਇੰਸ ਔਰ ਟੈਕਨੋਲੋਜੀ ਮਿਨਿਸਟਰ ਬਣਾ ਦਿੱਤਾ ਜਾਂਦਾ ਹੈ। ਇਹ ਜਿਹੜੀਆਂ ਚੀਜ਼ਾਂ ਆ ਉਹਨਾਂ ਦੀ ਕੋਈ ਕੁਆਲੀਫਿਕੇਸ਼ਨ ਦੇਖੀ ਨਹੀਂ ਜਾਂਦੀ, ਇਸ ਦੇ ਬਾਰੇ ਆਪ ਕੀ ਕਹਿਣਾ ਚਾਹੁੰਦੇ ਹੋ? ਸਭਸੇ ਅਹਿਮ ਬਾਤ ਤੋਂ ਇਹ ਹੈ ਕਿ ਸੰਵਿਧਾਨ ਮੇ ਪ੍ਰਧਾਨ ਮੰਤਰੀ ਕੋ या राज्य में मुख्यमंत्री को अपना स्वतंत्र रूप से मंत्रिमंडल गठन करने का अधिकार बहाल किया गया है जी, और मुख्यमंत्री के इच्छा के अनुसार मुख्यमंत्री या प्रधानमंत्री के इच्छा के अनुसार वो अपने मंत्री चुन सकते हैं जी। मगर इसमें जिन लोगों को मंत्री बनाया जाता है अगर वो प्रधानमंत्री मंत्री बनाते हैं या मुख्यमंत्री मंत्री बनाते हैं तो प्रधानमंत्री को और मुख्यमंत्री को ध्यान रखना चाहिए कि कौन से व्यक्ति को कौन सा पोर्टफोलियो देकर वो उसके साथ न्याय कर सकता है। अगर किसी को गलत व्यक्ति को मंत्री बनाया गया उसके लिए वो मंत्री जिम्मेदार कम है, और वो मुख्यमंत्री जिसने गलत आदमी को मंत्री बनाया, वो प्रधानमंत्री जिसने गलत आदमी को मुख्य प्रधान मंत्री बनाया, कैबिनेट मिनिस्टर बनाया, उसके लिए प्रधानमंत्री या मुख्यमंत्री को जिम्मेदार माना जाना चाहिए, क्योंकि वो चुनाव करने के दौरान वो मुख्यमंत्री गलती करता है। दूसरी बात जी, मुख्यमंत्री या प्रधानमंत्री गलती क्यों करता है, उसकी भी एक वजह यह है कि बहुत बार वो पार्टी के तरफ से ज्यादा पढ़े लिखे लोगों को टिकट देते नहीं है, क्योंकि ज्यादा पढ़ा लिखा आदमी को नियंत्रण में रखना मुश्किल होता है, अनपढ़ आदमी को, आधा पढ़े लिखे आदमी को, हाजी हाजी करने वाला आदमी को आप जैसा चाहे वैसा इस्तेमाल कर सकते हो जी। तो वो ज्यादा पढ़े लिखे आदमी को टिकट देते नहीं है, अनपढ़ आदमी को टिकट दे देते हैं ताकि उनको काबू में रखा जा सके। अनपढ़ आदमी की संख्या उनके जाति की संख्या ज्यादा होती है, अगर उनको मंत्री ना बनाया जाए तो अगले चुनाव में उनके पार्टी का समर्थन मिलना मुश्किल हो जाता है। तो मुख्यमंत्री या प्रधानमंत्री ये बातें ध्यान रखता है, केवल पढ़ा लिखा होना ही जरूरी नहीं है बल्कि लोगों का समर्थन हासिल करना पार्टी के लिए जरूरी होता है, ये बातें वो ध्यान रखते हैं। और इस वजह से इसके लिए प्रधानमंत्री ही जिम्मेदार या मुख्यमंत्री ही जिम्मेदार माना जा सकता है, क्योंकि परिस्थिति ऐसी है भारत में, क्योंकि भारत में जिनकी संख्या 3.5% है ब्राह्मण, उनकी पार्टियां है, और जो बहुसंख्यक लोग हैं उनकी पार्टियां नहीं है,
इस वजह से अल्पसंख्यक ब्राह्मणों के पार्टियों को बहुसंख्यक समाज के अनपढ़ और गवार आदमियों को मंत्री बनाना पड़ता है ताकि उनका समर्थन हासिल कर सके। ये विशिष्ट परिस्थिति है भारत में, उन बातों को ध्यान में रखा जाता है और इस वजह से ऐसा होता है। लेकिन मैं एक ऐसा मैं मानता हूँ, सॉरी सॉरी, मैं आपसे ये भी पूछना चाहता हूँ कि क्या कॉन्स्टिट्यूशन के बीच कोई तारानी है कि एजुकेशन जो हुआ उसकी लिमिटेड एजुकेशन हो तो उसको जे मिनिस्ट्री बनाने देना ओहदा देना जब देना। भारत में जब आजादी मिली 15 अगस्त को और 26 जनवरी 1950 को जब संविधान लागू हुआ तो 90% लोग अनपढ़ थे, 90% लोग अनपढ़ थे। अगर ये धारा लागू कर दी जाती कि पढ़े लिखे लोगों को ही वोट का अधिकार हो और पढ़े लिखे लोगों को ही एमएलए और एमपी बनने का अधिकार हो तो बहुसंख्यक लोग उस पार्टी के विरोध में चले जाते और उनको चुनाव जीतना मुश्किल हो जाता। तो ये बहुत सारी बाध्यताएं हैं, बहुत सारी समस्याएं हैं जिनको ध्यान में रखा गया है। जी थैंक यू, धन्यवाद जी, थोड़ा बहुत बहुत। इस तरह जिस तरह भगवान वाल्मीकि मंदिर बेडफोर्ड वालों, श्री गुरुदास ग्लोबल ऑर्गेनाइजेशन फॉर इको राइट्स यूके वालों भारत देश की धरती से एक कैंप लगाया जा रहा है जो भगवान वाल्मीकि बेडफोर्ड जो गुरु घर वाले आ कल्याण जी उन्होंने आयोजित किया है, उस कांछी टीवी और साड़ी जी श्री गुरुदास ग्लोबल ऑर्गेनाइजेशन फॉर इको राइट्स यूके है उस पार्टिसिपेट कर रही है। तो असं जल्दी उसकी जी डेट है तो डिकलेयर करा। तो जिस तरह अच्छ भगवान वाल्मीकि महाराज का प्रगट दिवस मनाया जा रहा है दुनिया के कोने कोने में, कांछी टीवी उत्ते भी सवेर तो ही अज चल रहा है लाइव प्रोग्राम अमृतसर तो असं थोड़िया ब्रेक तो बाद लाइव कॉल भी लवेंगे। तो कॉल सिर्फ तो सिर्फ बधाई की होनी चाहिए आ जा बावन महेश राम जी तो कोई सवाल करना शॉर्ट के करना आ, यह नहीं कहना अच्छा प्रोग्राम चंगा आया जो माड़ा आया कि जिहड़ी गल करनी है शॉर्ट करनी और लाइव कॉल लवेंगे ब्रेक तो बाद। असं तो चौहान जी तुम फ्यू सैकंड कुछ कहना चाहते हो? देखो जी अज साडे को बड़ी खुशी की गल है बाबू महेश राम जी आए हैं जी, ਤੁਸੀਂ ਕੋਈ ਵੀ ਜਿਹੜਾ ਸਵਾਲ ਜਵਾਬ ਕਰਦੇ ਇਹਨਾਂ ਤੋਂ ਪੁੱਛੇ, ਸਿਰਫ ਅੱਜ ਦਾ ਤੁਸੀਂ ਕਿਹਾ ਹੀ ਆ, ਇਹ ਨਹੀਂ ਜਿਹੜਾ ਵੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੋਇਆ ਤੀਜ ਵਿੱਚ ਬਹੁਤ ਸੋਹਣੇ ਲੱਗਦੇ ਹੋ ਜੇ, ਇਹ ਕੋਈ ਗੱਲ ਨਹੀਂ। ਕੋਈ ਜਿੱਦਾਂ ਕਿ ਅਸੀਂ ਕੌਮ ਨੂੰ ਕੋਈ ਸੇਧ ਦੇ ਸਕਦੇ ਹੋਈਏ ਜਿਹੜਾ ਕਿ ਸਾਨੂੰ ਕਿਸੇ ਚੀਜ਼ ਦਾ ਪਤਾ ਨਹੀਂ, ਉਹ ਅੱਜ ਤੁਸੀਂ ਇਹਨਾਂ ਤੋਂ ਪੁੱਛ ਸਕਦੇ, ਇਹਨਾਂ ਦੇ ਕੋਲ ਇਹਦਾ ਜਵਾਬ ਦੇ ਸਕਦੇ ਹਨ। ਇਸ ਕਰਕੇ ਅੱਜ ਫਿਰ ਅਸੀਂ ਉਹ ਚੀਜ਼ ਨੂੰ ਮੈਂ ਫਿਰ ਦੁਬਾਰਾ ਕਹਿਣਾ ਚਾਹੁੰਦਾ ਹਾਂ, ਅਸੀਂ ਜਨਮ ਦਿਨ ਮਨਾ ਰਹੇ ਹਾਂ, ਬਹੁਤ ਖੁਸ਼ੀ ਦੀ ਗੱਲ ਹੈਗੀ ਆ। ਅਸੀਂ ਹਜ਼ਾਰਾਂ ਲੱਖਾਂ ਕਰੋੜਾਂ ਰੁਪਈਏ ਖਰਚ ਕਰ ਦਿੰਦੇ ਹਾਂ ਜਨਮ ਦਿਨਾਂ ਤੇ ਸ਼ਤਾਬਦੀਆਂ ਦੇ ਸਾਰਾ ਕੁਛ ਆ। ਉਦੋਂ ਮੈਂ ਇਹ ਵਾਰ ਵਾਰ ਕਹਿ ਰਿਹਾ ਅਸੀਂ ਇਹ ਜ਼ਰੂਰ ਦੇਖਣਾ ਕਿ ਉਹਨਾਂ ਮਹਾਂਪੁਰਸ਼ਾਂ ਨੇ ਸਾਨੂੰ ਇੱਕ ਜੀਵਨ ਨੂੰ ਸੇਧ ਦੇਣ ਲਈ ਕੀ ਕਿਹਾ। ਉਹਨਾਂ ਨੇ ਇਹ ਕਿਹਾ ਵੀ ਤੂੰ ਹੀ ਦੁਨੀਆਂ ਤੇ ਜੇ ਆਇਆ ਕਿਉਂਕਿ ਜੀਣਾ ਝੂਠ ਤੇ ਮਰਨਾ, ਮੈਂ ਫਿਰ ਉਹ ਮਹਾਂਪੁਰਸ਼ਾਂ ਦੀ ਗੱਲ ਵਿੱਚ ਆ ਰਿਹਾ ਹਾਂ, ਜੀਣਾ ਝੂਠ ਤੇ ਮਰਨਾ ਸੱਚ ਇਹ ਪਤਾ ਨਹੀਂ, ਲਾਈਫ ਇਜ਼ ਵੈਰੀ ਸ਼ੋਰਟ, ਪਤਾ ਨਹੀਂ ਕਿਹੜੀ ਵੇਲੇ ਕੀ ਹੋ ਜਾਣਾ ਹੈ। ਮੈਂ ਪਿਛਲੇ ਹਫਤੇ ਵਿੱਚ 2-3 ਇਹ ਫਿਊਨਰਲ ਕੀਤੇ ਹਨ, 2-3 ਫਿਊਨਰਲ ਦੇਖੇ ਹਨ। ਅੱਜ ਮੈਨੂੰ ਪਤਾ ਲੱਗ ਗਿਆ ਕਿ ਮੇਰਾ ਬਹੁਤ ਹੀ ਕਲੋਜ਼ ਸੱਜਣ ਲੈਂਗਲੀ ਵਿੱਚ ਉਹ ਵੀ ਇਨਕਾਰ ਦੇ ਵਿੱਚ ਲੀਨ ਹੋ ਗਿਆ। 2 ਦਿਨ ਪਹਿਲਾਂ ਮੇਰੇ ਆਪਣੇ ਬਹੁਤ ਹੀ ਕਲੋਜ਼ ਸੱਜਣ ਰਿਸ਼ਤੇਦਾਰ ਜੰਗ ਉਹਨਾਂ ਦੀ ਇੱਕ ਪਰਸੋਂ ਉਹਨਾਂ ਦਾ ਫਿਊਨਰਲ ਸੀ। ਇਸ ਕਰਕੇ ਮਹਾਂਪੁਰਸ਼ਾਂ ਨੇ ਇਹ ਦੱਸਿਆ ਇਹ ਜਿਹੜਾ ਜੰਗ ਹੈ ਬਿਲਕੁਲ ਝੂਠਾ ਹੈ, ਆਓ ਅਸੀਂ ਮਹਾਂਪੁਰਸ਼ਾਂ ਦੀ ਬਾਣੀ ਨੂੰ ਮੰਨ ਕੇ ਮਹਾਂਪੁਰਸ਼ਾਂ ਸਿੱਖਿਆ ਲੈ ਕੇ ਜਿਹੜੇ ਸਾਨੂੰ ਚਾਰ ਸਾਹ ਮਿਲੇ ਹਨ ਇਹਨਾਂ ਨੂੰ ਚੰਗੇ ਤਰੀਕੇ ਨਾਲ ਲੈਈਏ, ਕਿਉਂਕਿ ਇਹ ਸਾਰੀਆਂ ਗੱਲਾਂ ਪ੍ਰਮਾਤਮਾ ਦੇ ਹੱਥ ਹਨ। ਇੱਕ ਨਾ ਦੇ ਕਰ ਪੁੱਤਰੇ, ਇੱਕ ਨਾ ਕਰ ਦੋਤੇ, ਇੱਕ ਨਾ ਦੇ ਕਰ ਦੋਤਰੇ, ਇੱਕ ਨਾ ਦੇ ਕਰ ਇੱਕ ਉਹੀ ਜਾਇ ਮਾਰ, ਕੌਣ ਆਖੇ ਸਾਹਿਬ ਨੂੰ ਇੰਜ ਨਹੀਂ ਇੰਜ ਕਰ। ਆਓ ਅਸੀਂ ਮਹਾਂਪੁਰਸ਼ਾਂ ਦੀਆਂ ਗੱਲਾਂ ਸੁਣ ਕੇ, ਮਹਾਂਪੁਰਸ਼ਾਂ ਦੇ ਪ੍ਰਵਚਨ ਸੁਣ ਕੇ ਜੋ ਉਹਨਾਂ ਨੇ ਸਾਨੂੰ ਸਿੱਖਿਆ ਸੀ ਉਹ ਚੱਲਦੇ ਰਹੀਏ। ਨਾਲ ਇੱਕ ਵਾਰ ਫਿਰ ਬਾਬੂ ਮਹੇਸ਼ ਰਾਮ ਜੀ ਤੋਂ ਜ਼ਰੂਰ ਤੁਸੀਂ ਸਵਾਲ ਪੁੱਛਣੇ ਆ, ਤੇ ਇਸ ਕਰਕੇ ਅਸੀਂ ਅੱਜ ਦਾ ਜੋ ਸਮਾਂ ਹੈ ਉਹਨੂੰ ਬਹੁਤ ਸੋਹਣੇ ਤਰੀਕੇ ਨਾਲ ਬਤਾਉਣਾ। ਹਾਂਜੀ ਬਾਬੂ ਮਹੇਸ਼ ਰਾਮ ਜੀ, ਜਿਸ ਤਰ੍ਹਾਂ ਆਪਾਂ ਬਾਬਾ ਸਾਹਿਬ ਦੀ ਗੱਲ ਕਰਦੇ, ਬਾਬਾ ਸਾਹਿਬ ਦਾ ਇੱਕ ਜਿਹੜਾ ਸੰਵਿਧਾਨ ਆ ਉਹ ਭਾਰਤ ਦੇਸ਼ ਦੇ ਉੱਤੇ ਲਾਗੂ ਹੋਇਆ ਜਿਹਦੇ ਨਾਲ ਅਸੀਂ ਅੱਜ ਸਾਹ ਲੈ ਸਕਦੇ ਹਾਂ। ਠੀਕ ਹੈ ਉਹਨੂੰ ਇੰਪਲੀਮੈਂਟ ਚੰਗੀ ਤਰ੍ਹਾਂ ਅੱਛੀ ਤਰ੍ਹਾਂ ਨਹੀਂ ਕੀਤਾ ਜਾ ਰਿਹਾ, ਲੇਕਿਨ ਆਪ ਉਸਕੇ ਬਾਰੇ ਕਿਆ ਕਹਿਣਾ ਚਾਹਤੇ ਤੋ ਜੋ ਕਾਂਸਟੀਟਿਊਸ਼ਨ ਦੇ ਅੰਦਰ ਦਾਇਰੇ ਦੇ ਵਿੱਚ ਰਹਿ ਕੇ ਜੋ ਲੋਕ ਹਮਾਰੇ ਉੱਤੇ ਤਸ਼ੱਦਦ ਕਰ ਰਹੇ ਉਨਕੇ ਬਾਰੇ। ਸਬਸੇ ਅਹਿਮ ਬਾਤ ਇਹ ਹੈ ਕਿ ਸੰਵਿਧਾਨ ਸਬਸੇ ਜ਼ਿਆਦਾ ਸਮਤਾ, ਸਵਤੰਤਰਤਾ, ਬੰਧੁਤਾ ਔਰ ਨਿਆਂ ਪਰ ਆਧਾਰਿਤ ਸਮਾਜ ਔਰ ਰਾਸ਼ਟਰ ਨਿਰਮਾਣ ਕਰਨੇ ਕੀ ਬਾਤ ਕਰਤਾ ਹੈ ਪ੍ਰੀਐਂਬਲ ਆਫ ਦਾ ਕਾਂਸਟੀਟਿਊਸ਼ਨ ਮੇਂ। ਤੋ ਇਸੇ ਲਾਗੂ ਕਰਨੇ ਕੀ ਜਿੰਮੇਦਾਰੀ ਪਾਰਲੀਮੈਂਟ ਕੀ, ਇਸੇ ਲਾਗੂ ਕਰਨੇ ਕੀ ਜਿੰਮੇਦਾਰੀ ਮੰਤਰੀ ਮੰਡਲ ਕੀ, ਇਸਕੇ ਲਾਗੂ ਕਰਨੇ ਕੀ ਜਿੰਮੇਦਾਰੀ ਮੰਤਰੀਓ ਕੀ, ਇਸੇ ਲਾਗੂ ਕਰਨੇ ਕੀ ਜਿੰਮੇਦਾਰੀ ਸੰਸਦ ਕੀ। ਮਗਰ ਇਸ ਦਿਸ਼ਾ ਮੇਂ ਇਨ ਇਕਾਈਓ ਨੇ ਜੋ ਕਾਮ ਕਰਨਾ ਚਾਹੀਏ ਥਾ ਵੋ ਕਾਮ ਕੀਆ ਨਹੀਂ,
और उसका सबसे बड़ा कारण ये है कि भारत में रियल रिप्रेजेंटेशन नदारद है, क्योंकि कोई भी देश का सारे दुनिया में जो लोकतंत्र है उसका प्राण तत्व है प्रतिनिधित्व, रिप्रेजेंटेशन। तो भारत में जो प्रतिनिधित्व है उसकी बहुत बड़ी समस्या है, सच्ची प्रतिनिधित्व का अभाव है। सॉरी अपनी ब्रेक ते जा रहे हैं, ते ब्रेक तो बारे से थोड़ी लाइव कॉल ला लवांगे ते बामन मिश्रम जी साडे नाल इदा इसे तरह इत्थे रहणगे, ते जे किसी ने भी कोई अपना विचार पुछना कोई फोन करके लाइव कॉल दे उत्ते तुसी इन्हां नूं सवाल जवाब करा सकदे हो। जय गुरदेव, धन गुरदेव। जय गुरदेव, धन गुरदेव। ते फेसबुक ते यह जो प्रोग्राम है लाइव चल रहा है ते उसनु तुसी देख सकते हो 15 तरीक दिन एतवार नू कांची टीवी दे स्टूडियो विच सतगुरु दा भगवान वाल्मीकि महाराज दा प्रगट दिवस मनाया जा रहा है। ये बार बार तुहानू तगीद की जाती है कि उस दिन आओ और आके अपना प्रोग्राम की रौनक नू बधाओ ता कि जो यूनिटी है जिहड़ी साडी कम्यूनिटी की यूनिटी है उसका एकता का पता लग सके। ते जिन्ना चिर साडे कोल लाइव कॉल आउंदी आ असीं बमन मेशराम जी हुणां वल चलदे आ। और आप क्या कहना चाहते हैं जो भारत देश के अंदर आजकल हो रहा है हमारे लोगों के ऊपर तशद्दुद उसके बारे में गल कर रहे थे जी। सबसे अहम बात यह है कि जो हमारी सामाजिक आर्थिक सॉरी कॉल लेनी पड़ेगी। हाँ जी, हेलो जगदेव जी। ओके सॉरी, हाँ जी कैरी ऑन। जो भारत में जो सामाजिक आर्थिक राजनीतिक जो समस्याएं है जी, वो समस्याएं लगातार बढ़ रही है। फॉर एग्जाम्पल,
मैं एक दो उदाहरण आप लोगों को देना जी चाहूंगा कि भारत की विकास जो डेवलपमेंट है वो दुनिया में डंका पीटा जा रहा है कि उसका ग्रोथ रेट जो है आगे बढ़ रहा है, 7.5% ग्रोथ रेट हो रहा है, ऐसा सारे दुनिया में डंका पीटा जाता है। जी मगर भारत में जो गरीबी है, भारत में जो भूखमरी है वो लगातार बढ़ रही है। दुनिया के जो अर्थशास्त्री लोग हैं, सॉरी आपको डिस्टर्ब किया, थे कॉल लेनी पड़ेगी प्लीज। हेलो जगदेव जी। हेलो जगदेव जी। तनदेव जी। हां जी भाजी, मैं सरबजीत बोल रही हां। ਤੁਸੀਂ ਇੰਡੀਆ ਤੋਂ ਵੀ ਫੋਨ ਕਰ ਲਿਆ ਅੱਜ? ਸਰਬਜੀਤ, ਮੈਂ ਹੁਣ ਇਟਲੀ ਤੋਂ ਨੀ, ਮੈਂ ਇੰਡੀਆ ਤੋਂ ਬੋਲ ਰਹੀ ਹਾਂ। ਹਾਂਜੀ ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਭੈਣ ਜੀ? ਹਾਂਜੀ ਠੀਕ ਠਾਕ, ਵਧੀਆ। ਤੁਹਾਡਾ ਪ੍ਰੋਗਰਾਮ ਦੇਖਦੇ ਪਏ ਸੀ ਫੇਸਬੁੱਕ ਤੇ ਲਾਈਵ, ਤੇ ਬਹੁਤ ਵਧੀਆ। ਬਸ ਅੱਜ ਤਾਂ ਇੰਨਾ ਹੀ ਕਹਿਣਾ ਕਿ ਭਗਵਾਨ ਬਾਲਮੀਕ ਜੀ ਹੁਣਾਂ ਦੇ ਪ੍ਰਗਟ ਦਿਵਸ ਦੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ। ਤੁਹਾਨੂੰ ਵੀ ਜੀ ਬਹੁਤ ਬਹੁਤ ਵਧਾਈਆਂ। ਹਾਂਜੀ ਸਾਰਿਆਂ ਨੂੰ, ਯੂਕੇ ਯੂਰਪ ਇੰਡੀਆ ਦੇ ਵਿੱਚ ਜਿੰਨੇ ਵੀ ਸਾਰੇ ਸੁਣਦੇ ਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ। ਐਂਡ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਆ, ਬਹੁਤ ਵਧੀਆ ਵਿਚਾਰ ਆ ਤੁਹਾਡੇ ਅੱਜ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਸਰਬਜੀਤ ਜੀ, ਤੇ ਤੁਸੀਂ ਵੀ ਆਪਣੇ ਜਿੱਥੇ ਜਿਸ ਕੰਮ ਲਈ ਗਏ ਹੋ ਕੰਮ ਆਪਣਾ ਕਰਕੇ ਆਪਣੇ ਘਰ ਪਰਿਵਾਰ ਨੂੰ ਬਚਾਓ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਤੇ ਹਾਂਜੀ ਕੈਰੀ ਓਨ ਜੀ। ਤੋ ਮੈਂ ਇਹ ਕਹਿ ਰਹਾ ਥਾ ਕਿ ਗ੍ਰੋਥ ਰੇਟ ਬੜ ਰਹਾ ਹੈ मगर भारत की जो गरीबी है, भारत की जो भूखमरी है, वो कम नहीं हो रही है। दुनिया वालों को इस बात की बड़ी आश्चर्य लगता है इस बात का। हेलो जी, हेलो जयदेव जी। हेलो हेलो। हाँ जी जयदेव जी। जय गुरुदेव जी। जय संतान जी। जय संतान जी। हाँ जी कौन जी? हरी राम सोन जी। हाँ जी हरी राम सोन जी, की कहना चाहते हो? ਭਗਵਾਨ ਵਾਲਮੀਕ ਦੇ ਅਵਤਾਰ ਦੇ ਹਰੇ ਦੀ ਸਾਰੇ ਜਗਤ ਨੂੰ ਲੱਖ ਲੱਖ ਵਧਾਈਆਂ ਤੇ ਆਪ ਸਭ ਨੂੰ ਜੈ ਗੁਰਦੇਵ। ਧੰਨ ਗੁਰਦੇਵ ਜੀ, ਹਰੀ ਰਾਮ ਸੋਨ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਤੇ ਜਿਸ ਤਰ੍ਹਾਂ ਅਸੀਂ ਇਹਨਾਂ ਸਾਡੇ ਕੋਲ ਗੈਸਟ ਆਏ ਹਨ, ਅਸੀਂ ਉਹਨਾਂ ਦਾ ਜ਼ਿਆਦਾ ਪ੍ਰਚਾਰ ਕਰਨਾ ਚਾਹੁੰਦੇ, ਉਹਨਾਂ ਤੋਂ ਪੁੱਛਣਾ ਚਾਹੁੰਦੇ ਸੀ ਅੱਜ, ਤਾਂ ਕਿ ਜਿਹੜੀ ਨੌਲੇਜ ਹੈ ਸਾਰਿਆਂ ਦੀ ਸਾਡੀ ਵੱਧ ਸਕੇ। ਲੇਕਿਨ ਸਾਡੇ ਕੋਲ ਅੱਜ ਕਾਲਾਂ ਦੀ ਲਾਈਨ ਲੱਗੀ ਹੋਈ, ਅਸੀਂ ਕਾਲਾਂ ਜ਼ਰੂਰ ਲਵਾਂਗੇ। ਹੈਲੋ ਜੈਕਦੇਵ ਜੀ। ਹੈਲੋ 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 ਜੈਕਦੇਵ ਜੀ। ਹਾਂ ਜੀ ਧੰਨ ਗੁਰਦੇਵ ਜੀ, ਗੱਲ ਕਰਾਂਗੇ ਜੀ। ਹਾਂਜੀ ਮਾਨਕ ਜੀ। ਹਾਂਜੀ ਹਾਂਜੀ, ਜੈ ਭੀਮ ਜੀ, ਜੈ ਗੁਰੂ ਬਾਲਮੀਕ ਤੇ ਬਹੁਤ ਸਾਰਿਆਂ ਨੂੰ ਵਧਾਈਆਂ ਅੱਜ ਦੇ ਦਿਨ ਦੀ ਸਾਰੀ ਕੌਮ ਨੂੰ ਜੀ। ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ। ਤੇ ਦੂਜਾ ਇਹ ਆ ਬਾਮਨ ਮਿਸ਼ਰ ਰਾਮ ਜੀ ਆਏ ਹੋ ਆ, ਮੈਂ ਤਾਂ ਇਹ ਮਹਿਸੂਸ ਕਰਦਾ ਵੀ ਸਾਡੇ ਵਿੱਚ ਬਾਬਾ ਸਾਹਿਬ ਆਏ ਹੋ ਆ, ਕਿਉਂਕਿ ਅਸੀਂ ਇਹਨਾਂ ਕੋਲੋਂ ਜਿਹੜਾ ਇਤਿਹਾਸ ਸੁਣਦੇ ਹਾਂ, ਜਿਹੜੇ ਹਿਸਾਬ ਨਾਲ ਇਹ ਸਮਝਾਉਂਦੇ, ਬਾਬਾ ਸਾਹਿਬ ਦੀ ਗੱਲ ਕੋਈ ਸਮਝਾ ਨਹੀਂ ਸਕਦਾ। ਔਰ ਬਹੁਤ ਖੁਸ਼ੀ ਹੋ ਰਹੀ, ਬਹੁਤ ਵਧੀਆ ਵਧੀਆ ਵਿਚਾਰਾਂ ਤੁਸੀਂ ਦੇ ਰਹੇ, ਬਿਲਕੁਲ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਜਿੱਦਾਂ ਬਾਬਾ ਸਾਹਿਬ ਆਏ ਹੁੰਦੇ ਸਾਡੇ ਵਿੱਚ। ਧੰਨਵਾਦ ਜੀ ਮਾਨਕ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ। ਧੰਨਵਾਦ ਜੀ। ਤੇ ਜਿਨ੍ਹਾਂ ਦੇ ਦਿਲ ਦੇ ਵਿੱਚ ਪਿਆਰ ਹੈ, ਜਿਨ੍ਹਾਂ ਨੇ ਕੌਮ ਦੇ ਨਾਲ, ਕੌਮ ਦਾ ਹਮ ਦਰਦ ਆ, ਉਹ ਜ਼ਰੂਰ ਉਸ ਤਰ੍ਹਾਂ ਬਾਬਾ ਸਾਹਿਬ ਵਾਂਗ ਹੀ ਲੱਗਣਗੇ, ਦੇਖਣਗੇ। ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਇਸ ਕੰਮ ਤੇ ਬੰਬ ਸੇਫ ਦੇ ਉੱਤੇ ਲਾ ਦਿੱਤੀ, ਚਾਹੇ ਉਹ ਕਿਸੇ ਪਾਰਟੀ ਤੋਂ ਹੁੰਦੇ ਹੋਏ, ਕਿੱਦਾਂ ਵੀ ਹੋਈ ਆ, ਲੇਕਿਨ ਇਹ ਜਿਹੜੀ ਪਹਿਲੀ ਪਾਰਟੀ ਹੈ, ਪਹਿਲੀਆਂ ਪਾਰਟੀਆਂ ਦੇ ਵਿੱਚੋਂ ਪਹਿਲੀ ਪਾਰਟੀ ਇਹ ਬੰਬ ਜਿਹੜੀ ਆ ਬੰਬ ਸੇਫ ਹੈਗੀ ਆ। ਹੈਲੋ ਜੈਕਦੇਵ ਜੀ। ਹੈਲੋ ਜੈਕਦੇਵ ਜੀ। ਧਾਰਾ 85 ਆ ਨਾ ਜੀ, ਜਿਹਦੇ ਵਿਚ ਸਾਰਿਆਂ ਨੂੰ ਸਿੱਖ ਬੋਧੀਆਂ ਨੂੰ ਹਿੰਦੂ ਲਿਖਿਆ ਗਿਆ ਨਾ ਜੀ, ਬਾਹਮਣ ਮੇਸ਼ਰਾਮ ਜੀ ਉਹਦੇ ਬਾਰੇ ਜਰੂਰ ਡਿਟੇਲ ਚ ਦੱਸ ਕੇ ਜਾਣ ਜੀ। ਅਸੀਂ ਐਂਡ ਵਾਲੇ 5 ਮਿੰਟ ਆ ਜਿਹੜੇ ਇਸ ਚੀਜ਼ ਦੇ ਉੱਤੇ ਜਰੂਰ ਲਾਵਾਂਗੇ ਜੀ, ਉਹ ਤੁਹਾਨੂੰ 2-3 ਕੋਲਾ ਹੋ ਲੈ ਕੇ ਬਹੁਤ ਜ਼ਰੂਰੀ ਆ ਜਾਣੀ ਜੀ ਜੀ ਜ਼ਰੂਰ ਧਾਰਾ ਦੇ ਉੱਤੇ ਠੀਕ ਹੈ ਜਰੂਰ ਬੋਲਿਆ ਜਾਵੇ, ਕਿਉਂਕਿ 2-3 ਕੋਲਾ ਹੋ ਲੈ ਕੇ ਜਿਹੜੀ ਵੀ ਕੋਈ ਗੱਲ ਵਿਚਾਰ ਹੋਊਗੀ ਸਾਰਿਆਂ ਦਾ ਇੱਕੋ ਇਕੱਠਾ ਹੀ ਜਵਾਬ ਦੇਣਗੇ। ਥੈਂਕ ਯੂ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਤੇ ਜਿਸ ਤਰ੍ਹਾਂ ਮਾਨਕ ਜੀ ਨੇ ਕਿਹਾ ਵੀ ਸਾਨੂੰ ਅੱਜ ਬਾਬਾ ਸਾਹਿਬ ਦੇਖਦੇ, ਕਿਉਂ ਉਹਨਾਂ ਦਿਸਣ ਉਹਨਾਂ ਦੇ ਵਿੱਚ, ਜਿਹੜਾ ਵੀ ਬੰਦਾ ਇਨਸਾਨ ਕੌਮ ਦੇ ਲਈ ਕੰਮ ਕਰਦਾ, ਜਿਹੜਾ ਦੱਬੇ ਕੁਚਲੇ ਲੋਕਾਂ ਲਈ ਕੰਮ ਕਰਦਾ, ਜਿਹੜੇ ਆਪਣੇ ਤੋਂ ਆਪ ਆਪਣੇ ਲਈ ਨੇ, ਆਪਣੇ ਮੁਫਾਦ ਲਈ ਕੰਮ ਕਰਦਾ ਨਹੀਂ, ਉਹ ਜਰੂਰ ਬਾਬਾ ਸਾਹਿਬ ਹੀ ਦਿਸਣਗੇ। ਹੈਲੋ ਜੈਕਦੇਵ ਜੀ। ਹੈਲੋ ਜੈਕਦੇਵ ਜੀ। ਹਾਂਜੀ ਧੰਨ ਗੁਰਦੇਵ ਜੀ। ਹਾਂਜੀ ਵੀਰ ਜੀ, ਕੌਣ ਤੇ ਕਿੱਥੋਂ ਬੋਲ ਰਹੇ ਜੀ? ਹਾਂਜੀ ਕੁਲਵੀਰ ਅੱਤੂ ਬਿਆਨਾ ਸਟੇਜ ਤੋਂ ਬੋਲ ਰਿਹਾ ਜੀ। ਕੁਲਵੀਰ ਜੀ ਕੀ ਕਹਿਣਾ ਚਾਹੁੰਦੇ? ਹਾਂਜੀ ਪੈਨਲ ਚ ਬੈਠੇ ਸਾਰੇ ਹੀ ਵੀਰਾਂ ਨੂੰ ਜੈ ਗੁਰਦੇਵ ਧੰਨ ਦੇ, ਔਰ ਬਾਮਸੇਫ ਦੇ ਪ੍ਰੈਜ਼ੀਡੈਂਟ ਸਾਡੇ ਕੋਲ ਆਏ ਨੇ ਪੈਨਲ ਤੇ, ਬਹੁਤ ਹੀ ਖੁਸ਼ੀ ਦੀ ਗੱਲ ਹੈ, ਬਹੁਤ ਕੁਝ ਸਿੱਖਣ ਨੂੰ ਮਿਲੂਗਾ। ਔਰ ਅੱਜ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਮਹਾਰਾਜ ਜੀ ਦਾ ਪ੍ਰਗਟ ਵਿੱਚ ਹੈ,
ਔਰ ਸਮੁੱਚੇ ਜਗਤ ਨੂੰ ਕੋਟਨ ਕੋਟਨ ਮੁਬਾਰਕਾਂ ਜੀ। ਜੈ ਗੁਰਦੇਵ। ਬਹੁਤ ਬਹੁਤ ਧੰਨਵਾਦ ਤੇ ਆਪਣੇ ਬਾਬਾ ਰਮੇਸ਼ ਰਾਮ ਲਾਲ ਜੀ ਦਾ ਵੀ ਧੰਨਵਾਦ ਕਰਦੇ ਹੋ, ਵੈਲਕਮ ਕਰਦੇ ਆ ਜੀ, ਆਇਆਂ ਕਹਿੰਦੇ ਕੌਮ ਦੀ ਸੋਚ ਦੇ ਵਿੱਚ। ਤੇ ਇਸੇ ਤਰ੍ਹਾਂ ਜਿੰਨਾ ਚਿਕਰ ਆਪਣੇ ਕੋਲ ਕਾਲ ਆਉਂਦੀ ਹੈ ਸ਼ਾਰਟ ਜਾਇਦ ਵਿੱਚ, ਤੁਸੀਂ ਆਪਣੀ ਕੈਰੀ ਔਨ ਕਰੋ ਜੀ। ਹਾਂਜੀ, ਤੋ ਮੈਂ ਇਹ ਬਤਾ ਰਹਾ ਥਾ ਕਿ ਦੁਨੀਆ ਕੇ ਲੋਗੋ ਕੋ ਇਸ ਬਾਤ ਕਾ ਬੜਾ ਆਚਰਯ ਹੈ ਜੀ ਕਿ ਜਬ ਗਰੋਥ ਰੇਟ ਬੜਤਾ ਹੈ ਤੋ ਗਰੀਬੀ ਔਰ ਭੁੱਖਮਰੀ ਕਮ ਹੋਤੀ ਹੈ, ਕਮ ਸੇ ਕਮ। ਹੈਲੋ ਜੈਗਦੇਵ ਜੀ। ਹੈਲੋ ਹੈਲੋ ਜੈਗਦੇਵ ਜੀ, ਸ਼ੁਰੂ ਕਰਿਓ ਪਲੀਜ਼। ਹਾਂਜੀ ਵੀਰ ਜੀ, ਕੌਣ ਤੇ ਕਿੱਥੋਂ ਬੋਲ ਰਹੇ? ਸੋਹਣ ਸਿੰਘ ਬਰਮੰਗੀ ਤੋਂ ਜੀ। ਹਾਂਜੀ ਪਟਵੱਗਾ ਜੀ, ਕੀ ਕਹਿਣਾ ਚਾਹੁੰਦੇ ਹੋ? ਥਰੂ ਹੋ ਗਿਆ ਜੀ? ਹਾਂਜੀ ਹਾਂਜੀ ਹਾਂਜੀ। ਪਹਿਲਾਂ ਤਾਂ ਮੈਂ ਇਹਨਾਂ ਦੀ ਬਾਬਾ ਰਮੇਸ਼ ਰਾਮ ਜੀ ਨੂੰ ਬੜਾ ਵੈਲਕਮ, ਬੜੀ ਰੂਹ ਖੁਸ਼ ਹੋਈ ਆ। ਤੇ ਮੇਰਾ ਇਹਨੂੰ ਕੁਐਸਚਨ ਆ ਜਲਦੀ ਜਲਦੀ ਬਹੁਤ, ਇਹ ਭੀਮ ਆਰਮੀ ਬਾਰੇ ਆਜ਼ਾਦ ਸਾਹਿਬ ਕੀ ਕਰ ਰਹੇ ਆ ਤੇ ਜਗਨੇਸ਼ ਮਵਾਨੀ, ਤੇ ਇਹਨਾਂ ਬਾਰੇ ਦੱਸਿਓ ਤੁਹਾਡੇ ਕੀ ਵਿਚਾਰ ਆ? ਮੇਰਾ ਖਿਆਲ ਜੀ ਸਾਰੇ ਜਰੂਰ ਦੱਸੇ ਜਾਣਗੇ ਜੀ। ਹਾਂਜੀ ਠੀਕ ਆ। ਹਾਂਜੀ ਇਹ ਸਨ ਸਨੇ ਸੋਹਣ ਸਿੰਘ ਪਟਵੱਗਾ ਜੀ, ਜਿਨ੍ਹਾਂ ਨੇ ਭੀਮ ਆਰਮੀ ਦੇ ਬਾਰੇ ਪੁੱਛਿਆ ਵੀ ਉਹ ਕੀ ਕਰ ਰਹੇ ਹਨ, ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਟੀਮ ਚੱਲ ਰਹੀ ਹੈ, ਤੇ ਅਸੀਂ ਜਰੂਰ ਇਹਨਾਂ ਸਵਾਲ। ਹੈਲੋ ਜਗਦੇਵ ਜੀ। ਹੈਲੋ ਜਗਦੇਵ ਜੀ। ਧੰਨ ਗੁਰਦੇਵ ਜੀ। ਹਾਂਜੀ ਵੀਰ ਜੀ, ਸਰਵਨ ਜੀ। ਹਾਂਜੀ ਸਰਵਨ ਬੋਲਦਾ, ਬੋਲਾਂ ਚੌਹਾਨ ਸਾਹਿਬ ਨੂੰ ਤਾਂ ਗੈਸਟਾਂ ਤਾਂ ਆਪ ਜੀ ਨੂੰ ਬਹੁਤ ਬਹੁਤ ਪਿਆਰ ਭਰੀ ਜਗਦੇਵ ਜੀ। ਧੰਨ ਗੁਰਦੇਵ। ਤੇ ਮੈਂ ਆਪਣੇ ਵੱਲੋਂ ਤਾਂ ਆਪਣੇ ਪਰਿਵਾਰ ਵੱਲੋਂ ਸਾਰੀ ਦਵਾਸੀ ਕਮਿਊਨਿਟੀ ਵੱਲੋਂ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਕਾਸ਼ ਪਰਵ ਤੇ ਬਹੁਤ ਬਹੁਤ ਵਧਾਈਆਂ ਦਿੰਦੇ ਜੀ। ਪਰਮਾਤਮਾ ਅੱਜ ਪਾਸ਼ਾ ਸਾਰਿਆਂ ਦੇ ਮੇਰ ਭਰਾਸ ਰੱਖਣ। ਜੈ ਗੁਰਦੇਵ ਜੀ। ਧੰਨ ਗੁਰਦੇਵ। ਧੰਨ ਗੁਰਦੇਵ ਜੀ ਤੇ ਸਰਵਨ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਇਹ ਫਰਾਈਡੇ ਵਾਲੇ ਪ੍ਰੋਗਰਾਮ ਕਰਦੇ ਹਨ ਤੇ ਨਾਲ ਕਾਂਚੀ ਟੀਵੀ ਦੇ ਜੁੜੇ ਹੋਏ ਹਨ ਤੇ ਦੌੜ ਭੱਜ ਬਹੁਤ ਕਰਦੇ ਹਨ, ਕਾਂਚੀ ਟੀਵੀ ਨੂੰ ਮਦਦ ਵੀ ਬਹੁਤ ਕਰਦੇ ਹਨ। ਤੇ ਇਸ ਤਰ੍ਹਾਂ ਸਾਨੂੰ ਚਾਹੀਦੇ, ਭੈਣ ਭਰਾ ਚਾਹੀਦੇ ਹਨ ਜਿਹੜੇ ਕਾਂਚੀ ਟੀਵੀ ਦੇ ਕੋਲ, ਸਾਡੇ ਕੋਲ ਟਾਈਮ ਵੀ ਹੈਗਾ ਆ, ਜੇ ਕਿਸੇ ਨੇ ਟਾਈਮ ਖਰੀਦਣਾ ਹੈ ਜਾਂ ਆਪਣੀ ਕੋਈ ਐਡ ਲਾਉਣੀ ਹੈ ਤੇ ਕਾਂਚੀ ਟੀਵੀ ਦੇ ਉੱਤੇ ਜ਼ਰੂਰ ਆ ਕੇ ਪਲੀਜ਼ ਆਪਣੀ ਐਡ ਲਵਾ ਸਕਦੇ ਹਾਂ, ਤਾਂ ਕਿ ਜਿਹੜਾ ਕਾਂਚੀ ਟੀਵੀ 24 ਆਵਰ ਕੀਤਾ ਹੈ ਉਸਨੂੰ ਸਹੂਲਤ ਹੋ ਸਕੇ, ਤੁਹਾਨੂੰ ਵੀ ਹੋ ਸਕੇ, ਸਾਨੂੰ ਵੀ ਹੋ ਸਕੇ। ਹੈਲੋ ਜਗਦੇਵ ਜੀ। ਹੈਲੋ। ਹੈਲੋ ਜਗਦੇਵ ਜੀ। ਹੈਲੋ। ਧੰਨ ਗੁਰਦੇਵ ਜੀ, ਮੈਂ ਹੁਸਨ ਲਾਲ ਚੌਹਾਨ ਬੋਲਦਾ ਬਰਮਿੰਗਮ ਤੋਂ। ਹਾਂਜੀ ਹੁਸਨ ਲਾਲ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਤੁਹਾਨੂੰ ਵੀ ਜੈ ਗੁਰਦੇਵ, ਸਾਰੇ ਮਹੀਨੇ ਤੇ ਬੈਠੇ ਨੇ ਸਾਰਿਆਂ ਜੈ ਗੁਰਦੇਵ। ਹਾਂਜੀ ਤੇ ਜੈ ਆਪਣੇ ਅੱਜ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਭਗਵਾਨ ਵਾਲਮੀਕ ਮਹਾਰਾਜ ਦੇ ਜਨਮ ਦਿਨ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਤੁਹਾਨੂੰ, ਤੇ ਪਰਮਾਤਮਾ ਸਾਰੇ ਮਿਹਰ ਭਰਿਆ ਥੱਕੇ ਤੰਦਰੁਸਤੀਆਂ ਬਖਸ਼ੇ ਤੇ ਸਾਰਿਆਂ ਨੂੰ ਪਿਆਰ ਭਰੀ ਜੈ ਗੁਰਦੇਵ ਜੀ। ਧੰਨ ਗੁਰਦੇਵ ਜੀ। ਇਹ ਸਨ ਸਾਡੇ ਹੁਸਨ ਲਾਲ ਚੌਹਾਨ ਜੀ, ਤੇ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਸਵਾਮੀ ਮੇਸ਼ਰਾਮ ਜੀ ਹੁਣੀ ਜਿਹੜੇ ਇੱਕ ਬਹੁਤ ਹੀ ਇੰਨੇ ਖੁੱਬੇ ਹੋਏ ਹਨ ਕਮਿਊਨਿਟੀ ਦੇ ਵਰਕ ਦੇ ਵਿੱਚ, ਕੰਮ ਦੇ ਵਿੱਚ, ਜਿਹੜੀ ਬੰਬ ਸੇਫ ਬਣੀ ਆ ਬੰਬ ਸੇਫ, ਉਹਦੇ ਵਿੱਚ ਚਾਹੇ ਉਹ ਪਹਿਲਾਂ ਆਪਾਂ ਕਹੀਏ ਆਪਣੀ ਜਿਹੜੀ ਪਾਰਟੀਆਂ ਚੱਲੀਆਂ ਸੀ, BRDS ਚੱਲੀ ਸੀ ਜਾਂ BS4 ਚੱਲੀ ਸੀ ਜਾਂ ਅੱਜ ਆ ਸਾਡੇ ਜਿਹੜੀ BSP ਆ ਚੱਲ ਰਹੀ ਆ ਜਾਂ ਜਿਹੜੀ ਪਹਿਲਾਂ ਸੀਗੀ ਆਪਣੀ ਪਾਰਟੀ, ਜਿੱਥੇ ਮਰਜ਼ੀ ਆਪਾਂ ਜਾਈਏ ਜਿਹੜਾ ਸਾਡੀ ਆਪਣੀ ਪਾਰਟੀ ਆ, ਸਾਡੀ ਆਪਣੀ ਪਾਰਟੀ, ਜਿਹੜਾ ਆਪਣੇ ਕੌਮ ਦੇ ਲੜਦਾ ਆ ਉਹ ਸਾਡਾ ਆਪਣਾ ਆ, ਚਾਹੇ ਸਾਡਿਆਂ ਵਿੱਚੋਂ ਜਾ ਕੇ ਕੋਈ ਲੀਡਰ ਬਣਿਆ ਜਿਹੜਾ ਆਪਣੀ ਕੌਮ ਲਈ ਨਹੀਂ ਲੜਦਾ, ਉਹ ਚਾਹੇ ਸਾਡੇ ਸੱਜੇ ਹੋਵੇ ਚਾਹੇ ਖੱਬੇ ਹੋਵੇ, ਸਾਡਾ ਨਹੀਂ ਹੋ ਸਕਦਾ। ਹੈਲੋ ਜੈਗਦੇਵ ਜੀ। ਹਾਂਜੀ ਧੰਨ ਗੁਰਦੇਵ ਜੀ। ਹਾਂਜੀ ਵੀਰ ਜੀ, ਚਰਨਜੀਤ ਜੀ। ਹਾਂਜੀ ਹਾਂਜੀ, ਤੇ ਆਪਣੇ ਸਾਰੇ ਪਰਿਵਾਰ ਵੱਲੋਂ ਹਾਂਜੀ ਮਹਾਰਾਜ ਵਾਲਮੀਕ ਦੇ ਉਹਨੂੰ ਸਾਰਿਆਂ ਨੂੰ ਵਧਾਈਆਂ ਦਿੰਦੇ ਹਾਂ ਉਹਨਾਂ ਦੇ ਗੁਰਪੁਰਬ ਦੀਆਂ, ਤੇ ਜਿਹੜੇ ਆਪਣੇ ਗੈਸਟ ਆਏ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਆਪਣੀ ਸੇਵਾ ਕਰ ਰਹੇ, ਤੁਹਾਡਾ ਵੀ ਸਾਰਿਆਂ ਦਾ। ਸਾਰਿਆਂ ਨੂੰ ਜੈ ਗੁਰਦੇਵ। ਧੰਨ ਗੁਰਦੇਵ। ਧੰਨ ਗੁਰਦੇਵ ਜੀ। ਅਸੀਂ ਹੁਣ ਜਿਹੜੀਆਂ ਆਪਣੇ ਸਟੂਡੀਓ ਵਾਲਿਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਸਿਰਫ 3 ਕੋਲਾਂ ਅਸੀਂ ਹੋਰ ਲਵਾਂਗੇ, ਉਸ ਤੋਂ ਬਾਅਦ ਅਸੀਂ ਆਪਾਂ ਜਿਹੜੇ ਸਵਾਲ ਜਵਾਬ ਆ ਅਸੀਂ ਉਹਨਾਂ ਦਾ ਜਵਾਬ ਦੇਵਾਂਗੇ। ਹੈਲੋ ਹਾਂਜੀ ਚੌਹਾਨ ਜੀ, ਜਿਸ ਤਰ੍ਹਾਂ ਆਪਾਂ ਗੱਲ ਆ ਰਹੀ ਹੈ, ਟੈਲੀਫੋਨ ਆ ਰਹੇ ਆ ਆਪਾਂ ਨੂੰ, ਸਾਨੂੰ ਇਸ ਲਈ ਜਿਹੜਾ ਟਾਈਮ ਹੈ ਸਾਨੂੰ ਤਾਂ ਵੱਧ ਲੈਣਾ ਚਾਹੀਦਾ ਸੀ ਅੱਜ, ਲੇਕਿਨ ਸਾਡਾ 8 ਤੋਂ 9 ਪ੍ਰੋਗਰਾਮ ਹੋ ਰਿਹਾ। ਹੈਲੋ ਜਗਦੇਵ ਜੀ। ਹਾਂਜੀ ਜੈ ਗੁਰਦੇਵ ਜੀ, ਮੈਂ ਵਿਜੇ ਪਟੇਲ ਕਰਮੋਨਾ ਕਲੀਅਰ ਬੋਲਦਾ ਜੀ। ਹਾਂਜੀ ਵਿਜੇ ਜੀ ਕਰਮੋਨਾ ਵਾਲੇ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਹੋਰ ਆਪਦਾ ਤੁਹਾਡਾ ਪ੍ਰੋਗਰਾਮ ਭਾਜੀ ਬਹੁਤ ਵਧੀਆ ਚੱਲ ਰਿਹਾ ਹੈ। ਹਾਂਜੀ ਕੀ ਕਹਿਣਾ, ਹੋਰ ਜੀ ਕੀ ਕਹਿਣਾ ਚਾਹੁੰਦੇ ਹੋ? ਔਰ ਅਸੀਂ ਆਪ ਨੂੰ ਭਗਵਾਨ ਵਾਲਮੀਕ ਜੀ ਦੇ ਪਰਮ ਦਿਵਸ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਜੀ, ਔਰ ਸਾਰੀ ਸੰਗਤ ਨੂੰ ਜੈ ਗੁਰਦੇਵ। ਧੰਨ ਗੁਰਦੇਵ ਜੀ, ਤੇ ਬਹੁਤ ਬਹੁਤ ਤੁਹਾਨੂੰ ਵੀ ਵਧਾਈਆਂ। ਜਿਸ ਤਰ੍ਹਾਂ ਮੈਂ ਦੱਸਿਆ ਕਿ 15 ਤਰੀਕ ਨੂੰ ਭਗਵਾਨ ਵਾਲਮੀਕ ਮਹਾਰਾਜ ਦਾ ਪ੍ਰਗਟ ਦਿਵਸ ਜਿਹੜਾ ਕਾਂਚੀ ਟੀਵੀ ਦੇ ਸਟੂਡੀਓ ਵਿੱਚ ਹੈਲੀਟੋਪ ਚ ਮਨਾਇਆ ਜਾ ਰਿਹਾ ਹੈ, ਸਾਰਿਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਉੱਥੇ ਹੁੰਮ ਹੁਮਾ ਕੇ ਪੁੱਜੋ, ਤਾਂ ਕਿ ਜਿਹੜੀ ਅਸੀਂ ਆਪਣੀ ਯੂਨਿਟੀ ਔਰ ਕਮਿਊਨਿਟੀ ਦੀ ਏਕਤਾ ਦਾ ਜਿਹੜਾ ਅਸੀਂ ਬਲ ਦਿਖਾ ਸਕੀਏ ਕਿ ਵਾਕਈ ਅਸੀਂ ਜਿਹੜੀਆਂ ਕਮਿਊਨਿਟੀਆਂ ਦੋ ਨਹੀਂ। ਤੇ ਮੈਂ ਕਈ ਵਾਰੀ ਕਿਹਾ ਕਰਦਾ ਜਦੋਂ ਸਾਨੂੰ ਗਾਲ ਕੱਢਦੇ ਆ ਦੋਨਾਂ ਨੂੰ ਇੱਕੋ ਗਾਲ ਕੱਢਦੇ, ਫਿਰ ਕਿਉਂ ਨਹੀਂ ਅਸੀਂ ਇਕੱਠੇ ਹੋ ਜਾਂਦੇ? ਜਦ ਗਾਲ ਖਾਣ ਨੂੰ ਅਸੀਂ ਦੋਨੇ, ਅਸੀਂ ਵੱਖਰੀ ਗਾਲ ਨਹੀਂ ਹੈਗੀ, ਸਾਨੂੰ ਗਾਲ ਕੱਢੀ ਜਾਂਦੀ ਆ, ਤੇ ਉਸ ਗਾਲ ਦਾ ਜਵਾਬ ਦੇਣ ਲਈ ਵੀ ਸਾਨੂੰ ਇੱਕ ਥਾਂ ਇਕੱਠੇ ਹੋ ਜਾਣਾ ਚਾਹੀਦਾ ਹੈ। ਇਹ ਅਸੀਂ ਬਾਬਾ ਰਮੇਸ਼ ਰਾਮ ਜੀ ਤੋਂ ਬਾਅਦ ਚ ਇਸ ਗੱਲ ਦੇ ਬਾਰੇ ਵੀ ਪੁੱਛਾਂਗੇ, ਕਿਉਂ ਨਹੀਂ ਸਾਡੀ ਯੂਨਿਟੀ ਹੋ ਰਹੀ, ਇਸ ਦਾ ਕੀ ਕਾਰਨ ਹੈ ਜਿਹੜਾ ਅਸੀਂ ਅੱਗੇ ਪਿੱਛੇ ਤੁਰੇ ਫਿਰਦੇ ਹਾਂ। ਹਾਂਜੀ ਚੌਹਾਨ ਜੀ, ਮੈਂ ਇੱਕ ਆਪਣੇ ਵੱਲੋਂ ਛੋਟਾ ਜਿਹਾ ਮੈਸੇਜ ਜ਼ਰੂਰ ਦੇਣਾ ਚਾਹੁੰਦਾ।
ਕਾਂਸੀ ਟੀਵੀ ਨੂੰ ਚੱਲਦੇ ਨੂੰ ਦੋ ਤਿੰਨ ਮਹੀਨੇ, ਜਿਹੜਾ ਆਪਣਾ ਚੈਨਲ ਤੁਹਾਡਾ ਆਪਣਾ 24 ਤੁਹਾਡਾ ਆਪਣਾ ਚੈਨਲ, ਸਾਡੀ ਕਮਿਊਨਿਟੀ ਦਾ ਆਪਣਾ ਚੈਨਲ, ਸਾਨੂੰ ਮਾਣ ਹੋਣਾ ਚਾਹੀਦਾ ਵੀ ਅੱਜ ਅਸੀਂ ਮੀਡੀਆ ਸਾਡਾ ਆਪਣਾ ਚੱਲ ਰਿਹਾ ਹੈ। ਉਹਦੇ ਵਿੱਚ ਇੱਕ ਛੋਟੀ ਬੇਨਤੀ, ਛੋਟੀ ਜਿਹੀ ਬਹੁਤ ਵੱਡੀ ਬੇਨਤੀ ਕਰਨਾ ਚਾਹੁੰਦਾ, ਕਿਉਂ ਨਾ ਅਸੀਂ, ਕਿਉਂਕਿ ਸਾਡੀਆਂ ਵਿਆਹ ਸ਼ਾਦੀਆਂ ਜੋ ਵੀ ਖੁਸ਼ੀਆਂ ਦੇ ਕੰਮ ਹੁੰਦੇ ਹਨ, ਅਸੀਂ ਕਾਂਸੀ ਟੀਵੀ ਆਪਣੇ ਭੈਣਾਂ ਭਰਾਵਾਂ ਨਾਲ ਸ਼ੇਅਰ ਕਰੀਏ, ਆਪਣੇ ਬਿਜ਼ਨਸ ਦੀ ਐਡ ਦੇ ਕੇ ਉੱਥੇ ਆਪਣੇ ਬਿਜ਼ਨਸ ਦੀ ਫਲਾਰਿਸ਼ ਕਰੀਏ, ਤੇ ਤਾਂ ਕਿ ਅਸੀਂ ਦੋਨੇ ਪਾਸੇ ਇੱਕ ਫਾਇਦਾ ਹੋ ਸਕਦਾ। ਅਸੀਂ ਲਾਸਟ ਕਾਲ ਹੈ ਸਾਡੀ, ਅਸੀਂ ਲਾਸਟ ਕਾਲ ਲਵਾਂਗੇ। ਹੈਲੋ ਜਗਦੇਵ ਜੀ। ਤੰਗਦੇ ਜੀ। ਹਾਂਜੀ ਵੀਰ ਜੀ, ਕੌਣ ਤੇ ਕਿੱਥੋਂ ਬੋਲ ਰਹੇ ਜੀ? ਹਾਂਜੀ ਭਾਜੀ, ਕਰੇ ਸਾਹਿਬ ਜੀ, ਆਹ ਮਨੋਹਰ ਬੋਲਦਾ ਤੁਸੀਂ? ਠੀਕ ਆ ਜੀ, ਮਨੋਹਰ ਪਟਵਗਾ ਜੀ। ਹਾਂਜੀ ਮਨੋਹਰ ਜੀ, ਹਾਂਜੀ ਠੀਕ ਆ ਜੀ। ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਜਗਦੇਵ ਜੀ, ਧੰਨਵਾਦ। ਹਾਂਜੀ ਕੀ ਕਹਿਣਾ ਚਾਹੁੰਦੇ ਅੱਜ? ਸੋਰੀ ਮਾਫ ਕਰਨਾ, ਹੁਣੇ ਆਇਆ ਸੀ ਘਰ ਤੇ, ਥੋੜਾ ਫੋਨ ਚੱਲ ਰਿਹਾ, ਦੇਖ ਰਹੇ ਸੀ, ਬਹੁਤ ਨਾਈਸ ਫੋਨ ਜਾ ਰਿਹਾ ਜੀ। ਤੇ ਸਭ ਤੋਂ ਪਹਿਲਾਂ ਮੈਂ ਵਧਾਈ ਦੇਣਾ ਚਾਹੁੰਦਾ ਆਪਣੇ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੀਆਂ ਜੀ, ਤੇ ਬਹੁਤ ਬਹੁਤ ਵਧਾਈਆਂ ਸਾਰੇ ਸਮਾਜ ਨੂੰ, ਸਾਰੇ ਜਗਤ ਨੂੰ। ਤੇ ਤੁਹਾਡਾ ਪ੍ਰੋਗਰਾਮ ਹਮੇਸ਼ਾ ਮਨ ਨਾਈਸ ਹੁੰਦਾ ਆ ਤੇ ਬਹੁਤ ਵਧੀਆ ਜਾ ਰਿਹਾ, ਤੇ ਮੈਂ ਇਹ ਕਹਾਂਗਾ ਕਿ ਜਿੰਨਾ ਵੀ ਸਾਡਾ ਭਾਈਚਾਰਾ ਹੈਗਾ, ਜਿੰਨੇ ਵੀ ਨਾ ਕੰਚ ਟੀਵੀ ਦੇਖ ਰਹੇ ਆ, ਸਾਰੇ ਕੰਚ ਟੀਵੀ ਦਾ ਪੂਰਾ ਸਹਿਯੋਗ ਕਰਨ ਤੇ ਵੱਧ ਵੱਧ ਯੋਗਦਾਨ ਪਾਉਣ, ਤੇ ਜਿਸ ਵੀ ਨੇ ਕੰਚ ਟੀਵੀ ਪ੍ਰੋਗਰਾਮ ਦੇਣਾ ਹੋਵੇ ਤਾਂ ਤੁਹਾਡੇ ਨਾਲ ਸਾਰੇ ਗੱਲਬਾਤ ਕਰਨ ਤੇ ਕੰਚ ਟੀਵੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ। ਥੈਂਕ ਯੂ ਜੀ, ਧੰਨਵਾਦ ਜੀ ਤੁਹਾਡਾ। ਓਕੇ, ਬਹੁਤ ਧੰਨਵਾਦ ਜੀ ਜਗਦੇਵ ਜੀ। ਹਾਂਜੀ ਬਾਬਾ ਮਹੇਸ਼ ਰਾਮ ਜੀ, ਅਸੀਂ ਤੁਹਾਡੇ ਵੱਲ ਆਉਂਦੇ ਹਾਂ, ਅਸੀਂ ਹੁਣ ਲਾਈਵ ਕਾਲ ਕੋਈ ਨਹੀਂ ਲਵਾਂਗੇ। ਤੇ ਜਿਸ ਤਰ੍ਹਾਂ ਬਲਜਿੰਦਰ ਸਿੰਘ ਨੇ ਪੁੱਛਿਆ ਕਿ ਜਿਹੜੀ 85 ਧਾਰਾ ਆ ਜਿਹੜੀ ਉਹਦੇ ਬਾਰੇ, ਤੇ ਸਾਡੇ ਪਟਵਗਾ ਜੀ ਨੇ, ਸੋਹਣ ਸਿੰਘ ਪਟਵਗਾ ਜੀ ਨੇ ਪੁੱਛਿਆ ਭੀਮ ਜਿਹੜੀ ਆ ਸਾਡੇ ਲਈ ਕੀ ਕਰ ਰਹੀ ਹੈ। ਇਹਨਾਂ ਦੋਨਾਂ ਦਾ ਸਵਾਲ ਤੁਸੀਂ ਆਪਣੇ ਤਰੀਕੇ ਦੇ ਨਾਲ ਖੁੱਲ ਕੇ ਦੇਣਾ ਜੀ। ਸਬਸੇ ਬੜੀ ਬਾਤ ਤੋਂ ਇਹ ਹੈ ਕਿ ਜੋ ਧਾਰਾ 85 ਕੀ ਉਹ ਬਾਤ ਕਰ ਰਹੇ ਹੈ, ਉਹ ਸ਼ਾਇਦ ਧਾਰਾ 85 ਨਹੀਂ ਹੈ, ਉਹ 25 ਧਾਰਾ ਕੀ ਬਾਤ ਹੈ ਜੀ। ਸ਼ਾਇਦ 25 ਓਰਿਜਿਨਲ ਨਾ ਪੜ੍ਹਨੇ ਕੀ ਵਜਹ ਸੇ ਸ਼ਾਇਦ ਇਹ ਗਲਤੀ ਹੋ ਸਕਤੀ ਹੈ ਜੀ। ਮਗਰ ਉਸਕੇ ਬਾਰੇ ਮੇ ਦੋ ਤਿੰਨ ਬਾਤੇ ਹਮ ਲੋਗੋ ਕੋ ਜਾਨਣਾ ਜ਼ਰੂਰੀ ਹੈ ਜੀ। ਇੱਕ ਤੋਂ ਸਬਸੇ ਪਹਿਲੀ ਬਾਤ ਤੋਂ ਇਹ ਹੈ ਕਿ ਬਹੁਤ ਸਾਰੇ ਲੋਗੋ ਕੋ ਸੰਵਿਧਾਨ ਸਭਾ ਕਾ ਜੋ ਸਵਰੂਪ ਹੈ ਉਸਕੇ ਬਾਰੇ ਮੇ ਲੋਗੋ ਕੋ ਜਾਣਕਾਰੀ ਨਹੀਂ ਹੈ ਜੀ। ਤੋ ਸੰਵਿਧਾਨ ਸਭਾ ਕਾ ਜੋ ਸਵਰੂਪ ਹੈ ਉਸਮੇ ਇੱਕ ਬਾਤ ਜਾਨਣਾ ਜ਼ਰੂਰੀ ਹੈ ਕਿ 14 ਅਗਸਤ 1947 ਕੋ ਭਾਰਤ ਕਾ ਵਿਭਾਜਨ ਹੁਆ ਔਰ ਉਸਕੇ ਪਹਿਲੇ ਸੰਵਿਧਾਨ ਸਭਾ ਕਾ ਚੁਣਾਵ ਹੁਆ। ਤੋ ਇਸ ਲਈ ਜਬ ਵਿਭਾਜਨ ਹੁਆ ਤੋ ਏਕ ਸੰਵਿਧਾਨ ਸਭਾ ਪਾਕਿਸਤਾਨ ਚਲੀ ਗਈ ਔਰ ਏਕ ਸੰਵਿਧਾਨ ਸਭਾ ਭਾਰਤ ਮੇ ਰਹੀ ਜੀ। ਜੋ ਭਾਰਤ ਮੇ ਸੰਵਿਧਾਨ ਸਭਾ ਰਹੀ ਉਸ ਸੰਵਿਧਾਨ ਸਭਾ ਮੇ 99% ਜੋ ਰਿਪ੍ਰੇਜ਼ੈਂਟੇਸ਼ਨ ਥਾ ਵੋ ਅਕੇਲੇ ਕਾਂਗਰਸ ਕਾ ਥਾ ਜੀ। ਔਰ ਕਾਂਗਰਸ ਬ੍ਰਾਹਮਣੋ ਕਾ ਸੰਗਠਨ ਹੈ, ਇਸ ਲਈ ਬ੍ਰਾਹਮਣੋ ਨੇ ਆਪਣੇ ਅਨਿਯੰਤ੍ਰਿਤ ਬਹੁਮਤ ਕਾ ਸਹਾਰਾ ਲੇਕਰ ਮੁਸਲਮਾਨ ਔਰ ਕ੍ਰਿਸਚਨ ਛੋੜਕਰ ਬਾਕੀ ਸਭੀ ਲੋਗੋ ਕੋ ਹਿੰਦੂ ਘੋਸ਼ਿਤ ਕਰ ਦਿਆ। ਇਹ ਤੋ ਉਨ ਲੋਗੋ ਕਾ ਜੋ ਅਨਿਯੰਤ੍ਰਿਤ ਬਹੁਮਤ ਥਾ ਉਸ ਅਨਿਯੰਤ੍ਰਿਤ ਬਹੁਮਤ ਕਾ ਨਤੀਜਾ ਹੈ ਜੀ। ਬਹੁਤ ਸਾਰੇ ਲੋਗੋ ਕੋ ਸੰਵਿਧਾਨ ਸਭਾ ਕੇ ਗਠਨ ਕੇ ਬਾਰੇ ਮੇ ਵਾਸਤਵਿਕ ਜਾਣਕਾਰੀ ਨਹੀਂ ਹੈ ਜੀ। ਦੂਸਰੀ ਮਹੱਤਵਪੂਰਨ ਬਾਤ ਮੈਂ ਆਮ ਕੋ ਬਤਾਨਾ ਚਾਹਤਾ ਹੂੰ, ਕਾਸ਼ੀ ਟੀਵੀ ਕੇ ਮਾਧਿਅਮ ਸੇ ਬਤਾਨਾ ਚਾਹਤਾ ਹੂੰ, ਇਸਕੇ ਬਾਵਜੂਦ ਵੀ ਸਿੱਖੋ ਕੋ ਕਿਰਪਾਨ ਰੱਖਣੇ ਕਾ ਅਧਿਕਾਰ ਬਹਾਲ ਕੀਆ ਗਿਆ ਜੀ, ਇਹ ਸੰਵਿਧਾਨ ਮੇ ਲਿਖਾ ਹੁਆ ਹੈ। ਦੂਸਰੇ ਰਿਲੀਜਨ ਕੇ ਲੋਗੋ ਕੋ ਇਸ ਤਰ੍ਹਾਂ ਕਾ ਕੋਈ ਅਧਿਕਾਰ ਬਹਾਲ ਨਹੀਂ ਹੈ, ਸਿੱਖੋ ਕੋ ਇਹ ਅਧਿਕਾਰ ਖਾਸ ਤੌਰ ਪਰ ਬਹਾਲ ਕੀਆ ਗਿਆ ਹੈ। ਇਸਕੇ ਬਾਰੇ ਮੇ ਸਿੱਖੋ ਕੋ ਵੀ ਵਾਸਤਵਿਕ ਜਾਣਕਾਰੀ ਨਹੀਂ ਹੈ। ਪਬਲਿਕ ਪਲੇਸ ਪਰ ਕਿਰਪਾਨ ਧਾਰਨ ਕਰਨੇ ਕਾ ਅਧਿਕਾਰ ਭਾਰਤ ਕੇ ਸੰਵਿਧਾਨ ਨੇ ਸਿੱਖੋ ਕੋ ਬਹਾਲ ਕੀਆ ਹੈ ਔਰ ਇਹ ਲਿਖਿਤ ਰੂਪ ਸੇ ਲਿਖਾ ਹੁਆ ਹੈ। ਜਹਾਂ ਤੱਕ ਸਿੱਖੋ ਕੋ ਵੀ ਕੇਵਲ ਸਿੱਖੋ ਕੋ ਹੀ ਹਿੰਦੂ ਘੋਸ਼ਿਤ ਨਹੀਂ ਕੀਆ ਗਿਆ, ਜੈਨੋ ਕੋ ਹਿੰਦੂ ਘੋਸ਼ਿਤ ਕੀਆ ਗਿਆ, ਬੁੱਧਿਸਟ ਕੋ ਹਿੰਦੂ ਘੋਸ਼ਿਤ ਕੀਆ ਗਿਆ, ਸਿੱਖੋ ਕੋ ਹਿੰਦੂ ਘੋਸ਼ਿਤ ਕੀਆ ਗਿਆ, ਇਸਕੇ ਅਲਾਵਾ ਜੈਨੀ ਲੋਗੋ ਕੋ ਘੋਸ਼ਿਤ ਕੀਆ ਗਿਆ, ਲਿੰਗਾਇਤੋ ਕੋ ਘੋਸ਼ਿਤ ਕੀਆ ਗਿਆ। ਤੋ ਇਹ ਘੋਸ਼ਿਤ ਕਰਨੇ ਕਾ ਪਿੱਛੇ ਜੋ ਸੰਵਿਧਾਨ ਮੇ 99% ਜੋ ਬਹੁਮਤ ਥਾ ਵੋ ਕਾਂਗਰਸ ਕਾ ਥਾ ਔਰ ਕਾਂਗਰਸ ਬ੍ਰਾਹਮਣੋ ਕਾ ਸੰਗਠਨ ਥਾ ਔਰ ਬ੍ਰਾਹਮਣੋ ਨੇ ਆਪਣੇ ਫਾਇਦੇ ਕੇ ਲਈ ਆਪਣੇ ਅਨਿਯੰਤ੍ਰਿਤ ਬਹੁਮਤ ਕਾ ਸਹਾਰਾ ਲੇਕਰ ਇਹ ਥੋਪਨੇ ਕੀ ਕੋਸ਼ਿਸ਼ ਕੀ ਜੀ। ਇਸ ਬਾਤ ਕੋ ਬਹੁਤ ਸਾਰੇ ਲੋਗੋ ਕੋ ਜਾਣਕਾਰੀ ਨਹੀਂ ਹੈ, ਇਹ ਵਾਸਤਵਿਕ ਜਾਣਕਾਰੀ ਲੋਗੋ ਕੋ ਹੋਣਾ ਬਹੁਤ ਜ਼ਰੂਰੀ ਹੈ। ਥੈਂਕ ਯੂ। ਜਹਾਂ ਤੱਕ ਚੰਦਰ ਸ਼ੇਖਰ ਆਜ਼ਾਦ ਕੇ ਬਾਰੇ ਮੇ, ਜਹਾਂ ਤੱਕ ਜਿਗਨੇਸ਼ ਮਵਾਨੀ ਕੇ ਬਾਰੇ ਮੇ, ਮੈਂ ਆਮ ਤੌਰ ਪਰ ਕਿਸੀ ਨੇਤ੍ਰਤਵ ਕੇ ਬਾਰੇ ਮੇ ਟੀਕਾ ਟਿੱਪਣੀ ਕਰਨੇ ਕੇ ਪਕਸ਼ ਮੇ ਨਹੀਂ ਹੂੰ, ਮੈਂ ਵਿਦੇਸ਼ ਮੇ ਹੂੰ,
इसलिए मैं इसके बारे में किसी प्रकार का कोई कमेंट नहीं करना चाहता हूं। मैं यहां बामसेव संगठन के प्रधान के तौर पर आया हूं और बामसेव संगठन के बारे में अगर किसी का कोई सवाल है तो मैं उसका जवाब दे सकता हूं, किसी के बारे में मैं किसी प्रकार का कमेंट नहीं करना चाहता। बहुत बहुत धन्यवाद, थैंक यू जी थोड़ा। ते असी हुण क्योंकि अपना टाइम है असी तुहाडे तों इक सवाल जवाब भी करते हैं कि जो बामसेफ है इस दे बारे तुसी की लोकां नूं मैसेज देना चाहुंदे हो? बामसेफ के बारे में हमारा मैसेज ये है कि बामसेफ के बराबरी का आज क्योंकि ये 31 राज्यों में फैला हुआ 539 जिलों में 3,500 तहसीलों में 22,000 ब्लॉक में 1.5 लाख गांवों में फैला हुआ संगठन है, तो ये कोई साधारण संगठन नहीं है इतना फायदा, क्योंकि ज्यादातर संगठन ये गांव के होते हैं, जिले के होते हैं, तहसील के होते हैं, बहुत ज्यादा हुआ तो जिले के होते हैं, और आम तौर पर इतना बड़ा विशाल संगठन जो है नेशनल लेवल का और देश के बाहर भी अमेरिका में, ऑस्ट्रेलिया में, न्यूजीलैंड में, गल्फ में, लगभग यूरोप के सारे देशों को मिलकर 36 देशों में भी इसकी शाखाएं कार्यरत है। तो इसलिए अभी अभी हम लोगों ने न्यूयॉर्क में कोलंबिया यूनिवर्सिटी में वर्ल्ड कॉन्फ्रेंस की है जिसमें 170 डेलीगेट जो है सारे दुनिया के लोग उपस्थित थे। तो इसलिए ये एक बहुत बड़ा संगठन है और मैं इस माध्यम से केवल यही संदेश देना चाहता हूं कि ज्यादा से ज्यादा लोग इस संगठन के सदस्य बने, ज्यादा से ज्यादा लोग इसका समर्थन करें, ताकि हमारी ताकत अगर बढ़ती है तो इस ताकत के बल के आधार पर, अपने बलबूते के आधार पर हम अपने लोगों की समस्याओं का समाधान कर सके। हाँ जी, मैं एक सवाल मेरे पास और है, फिर बाद में आप कर लेना। भवन मिश्रम जी, की ये पॉलिटिकल पार्टी है या इधर की मिशन की है इस पार्टी का? एक तो बामसेफ ये मुलाजिमों का संगठन है जी, और मुलाजिमों का संगठन होने की वजह से इसे किसी प्रकार की पॉलिटिकल पार्टी न माना जा सकता है न कहा जा सकता है। तो ये पॉलिटिकल पर्पज के लिए बनाया गया संगठन नहीं है जी। ये संगठन उन पढ़े लिखे लोगों का संगठन है जिन्होंने महापुरुषों के आंदोलन का फायदा लेकर अपनी नौकरियां या बहुत सारा फायदा उठाया है जी, जी। तो उनकी जिम्मेदारी बनती है कि जो लोग पीछे रहे हैं, पीछे रहे हुए लोगों को पे बैक करे, उनको उनके हक और अधिकार हासिल करने के लिए उनको मदद करे, उनको सहायता दे, और सरकारी महकमों में रहकर अपने गरीब भाइयों की जो मदद कर सकते हैं वो मदद करने का काम करे, इसके लिए ये संगठन बनाया गया है। ये संगठन पॉलिटिकल ऑर्गेनाइजेशन नहीं है। थैंक यू जी। चौहान जी, दूसरी कोई सवाल? मिश्रा जी, आपने बोला कि जो पढ़े लिखे लोगों का एक संगठन है, ये पे बैक टू सोसाइटी, आपने जितना काम किया वो करते आ रहे हो, बड़ा टाइम लगा, बड़ा समय लग गया जी। पॉलिटिकली जो कुछ हो रहा है, कॉन्स्टिट्यूशनली जिन्हें अत्याचार हो रहे हैं, जैसे आपने बताया भी उस वेले वो ब्राह्मणों का संगठन था, उन्होंने अपने अपने हिसाब से कमी टू पॉइंट अपने हिसाब से क्या अभी जैसे आप करते हैं, आपका फ्यूचर कैसे कि आप कैसे पे बैक टू सोसाइटी? हम लोग आने वाले समय में ये संगठन, ये आंदोलन 6 लाख गांवों तक फैलाने वाले हैं। 2024 तक इसका हमारा टाइम बाउंड प्रोग्राम है जी। और 6 लाख गांवों तक जब ये आंदोलन पहुंच जाएगा तो हमारी योजना के अनुसार हम लोग देश में जन आंदोलन शुरू करना चाहते हैं, क्योंकि हम ऐसा मानते हैं कि अंग्रेज जाने के बाद ब्राह्मणों ने कब्जा किया और बाकी सारे लोगों को गुलाम बनाया, और इसीलिए हमें आजादी का आंदोलन चलाने की जरूरत है। आजादी का आंदोलन चलाने के लिए 6 लाख गांव का संगठन बनाना जरूरी है। जब ये इतना बड़ा आंदोलन खड़ा हो जाएगा तो मैं निश्चित रूप से विश्वास के साथ, यकीन के साथ कह सकता हूं कि हम लोग आजादी हासिल करने में कामयाब हो जाएंगे। आजादी हासिल करने से क्या फायदा होगा? हमें अपने भविष्य का फैसला करने का अधिकार होगा। आज हमारे भविष्य का फैसला लेने का अधिकार ब्राह्मणों के पास है, इसलिए हमारी तरक्की रुकी हुई है, इसलिए हम लोग सारी ताकत जो है जन आंदोलन खड़ा करने में लगा रहे हैं। हाँ जी चौहान जी, और कोई? मैं देखो जी, इन्होंने एक विश यू गुड लक। मैं अपनी पिछले 25-30-40 साल देखा भी कई संगठन बने, डीएस पोस्ट बने, बीएसएफ बनी, उस तो बाद पार्टियां का घाण मचा, असी भी दे लिया, और जो तुसी कर रहे हैं, जो करना चाहते हैं,
ਜੇ ਇਸੇ ਤਰ੍ਹਾਂ ਜਿੱਦਾਂ ਤੁਸੀਂ ਦੱਸਿਆ ਹੁੰਦਾ ਰਹੇ, ਮੇਰਾ ਖਿਆਲ ਸੋਸਾਇਟੀ ਦੇ ਵਿੱਚ ਕੋਈ ਇੰਪਰੂਵਮੈਂਟ ਆ ਸਕਦੀ ਹੈ, ਆਉਣੀ ਚਾਹੀਦੀ ਹੈ। ਔਰ ਤੁਹਾਨੂੰ ਅਸੀਂ ਵਧਾਈ ਦੇ ਪੱਤਰ ਦੱਸਦੇ ਹਾਂ, ਇਸ ਤਰ੍ਹਾਂ ਕਰਦੇ ਰਹੋਗੇ। ਔਰ ਲੋਕਾਂ ਨੂੰ ਜੇ ਵਧੀਆ ਸੰਗਠਨ ਲੱਗਦਾ ਜ਼ਰੂਰ ਉਹਨਾਂ ਦੇ ਨਾਲ ਜੜੋ। ਬਾਕੀ ਅਸੀਂ ਸਾਰਿਆਂ ਨੂੰ ਬਿਲਕੁਲ ਘੋਖ ਲਿਆ, ਪਰਖ ਲਿਆ ਸਾਰਾ ਕੁਝ ਕੀ ਹੋਇਆ। ਜੇ ਪੇ ਬੈਕ ਟੂ ਸੋਸਾਇਟੀ ਇਹ ਕੋਈ ਸੋਸਾਇਟੀ ਦੇਣਾ ਚਾਹੁੰਦੇ ਆ, ਮੇਰਾ ਖੈਰ ਵੈਲਕਮ। 2 ਸਤੰਬਰ 1946 ਕੋ ਚੁਣਾਵ ਲੜੇ ਬਗੈਰ ਮਾਊਂਟ ਬੈਟਨ ਨੇ ਜਵਾਹਰ ਲਾਲ ਨਹਿਰੂ ਕੋ ਪ੍ਰਧਾਨ ਮੰਤਰੀ ਬਣਾ ਦਿਆ, ਨੋਮੀਨੇਟ ਕੀਆ ਜੀ। ਉਸਕਾ ਕਾਰਨ ਥਾ ਕਾਂਗਰਸ ਨੇ ਆਜ਼ਾਦੀ ਕੇ ਲਿਏ ਜੋ ਜਨ ਆੰਦੋਲਨ ਕੀਆ ਉਸਕੀ ਵਜ੍ਹਾ ਸੇ। ਤੋ ਇਸਸੇ ਸਬਕ ਲੇਕਰ ਹਮ ਐਸਾ ਮਾਨਤੇ ਹੈ ਕਿ ਅਗਰ ਹਮ ਸਾਰੇ ਦੇਸ਼ ਕਾ ਜਨ ਆੰਦੋਲਨ ਖੜਾ ਕਰੇ ਤੋ ਨਿਸ਼ਚਿਤ ਰੂਪ ਸੇ ਹਮਾਰੇ ਲੋਗੋ ਕੇ ਪਾਸ ਵੀ ਪੋਲੀਟੀਕਲ ਪਾਵਰ ਆਏਗਾ। ਤੇ ਮੈਂ ਇੱਕ ਸਵਾਲ ਔਰ ਪੁੱਛਣਾ ਚਾਹਤਾ, ਜਿਹੜੇ ਆਪਣੇ ਦੂਸਰੀ ਪਾਰਟੀਜ਼ ਹੈ, ਆਪਣੀ ਆਪਣੀ ਕਮਿਟੀ ਕੀ ਪਾਰਟੀ ਲਗਾ ਲੋ, ਹਮ ਆਪਣੀ ਕਮਿਟੀ ਕੀ ਪਾਰਟੀ ਬੋਲੇਂਗੇ ਉਨਕੋ, ਚਾਹੇ ਉਹ ਰਾਮ ਪਲਾਸ ਬਾਗਵਾਨ ਹੋ, ਚਾਹੇ BSP ਹੋ, ਚਾਹੇ ਰਾਮਲੇ ਜੀ ਹੋ, ਚਾਹੇ ਜਿਹੜੇ ਐਸੇ ਇਦਾਂ, ਉਹਨਾਂ ਦੇ ਬਾਰੇ ਆਪਦਾ ਕਿਆ ਖਿਆਲ ਹੈ? ਮੈਂ ਜਾਤੀ ਨਹੀਂ ਬੋਲ ਰਿਹਾ, ਮੈਂ ਰਾਮ ਬਿਲਾਸ ਜੀ ਕੇ ਬਾਰੇ ਮੈਂ ਜਾਂ ਪਾਰਟੀ ਜੀ ਕੇ ਬਾਰੇ ਮੈਂ ਨਿੱਜੀ ਤੌਰ ਪਰ ਕਿਸੇ ਪ੍ਰਕਾਰ ਕਾ ਕੋ ਕਮੈਂਟ ਨਹੀਂ ਕਰਨਾ। ਜਨਰਲੀ ਕੋਈ ਕਹਿ ਸਕਦਾ ਹੈ ਉਨਕੀ ਆਪਣੀ ਪੋਲੀਟੀਕਲ ਪਾਲਿਸੀ ਜੋ ਹੈ ਉਸਕੇ ਤਹਿਤ ਉਹ BJP ਕੇ ਸਾਥ ਲਗੇ ਹੋਏ ਹੈ। ਹਮਾਰਾ ਐਸਾ ਮਾਨਨਾ ਹੈ BJP ਕੀ ਜੋ ਪਾਰਟੀ ਹੈ ਉਹ ਹਮ ਲੋਗੋ ਕੇ ਹੱਕ ਮੇਂ ਨਹੀਂ ਹੈ, ਹਮ ਲੋਗੋ ਕੇ ਵਿਰੋਧ ਮੇਂ ਹੈ। ਅਬ ਉਹ ਲੋਗ ਉਨਕੇ ਸਾਥ ਕਿਉਂ ਲਗੇ ਹੈ ਇਹ ਸਵਾਲ ਮੁਝੇ ਨਹੀਂ ਪੁੱਛਾ ਜਾਣਾ ਚਾਹੀਏ, ਇਹ ਸਵਾਲ ਆਠੋਲੇ ਜੀ ਕੋ ਔਰ ਪਾਸਵਾਨ ਜੀ ਕੋ ਪੁੱਛਾ ਜਾਣਾ ਚਾਹੀਏ। ਮੈਂ ਚਲੋ ਇੱਕ ਔਰ ਸਵਾਲ ਇਸਕੇ ਲਾਗਲਾ ਹੀ ਪੁੱਛ ਲੇਤਾ ਹੂੰ ਕਿ ਜੋ ਹਮਾਰੀ ਕਮਿਊਨਿਟੀ ਕੇ ਲੋਗ ਹੈ, ਬਾਬਾ ਸਾਹਿਬ ਦੀ ਜੋ ਰਿਜ਼ਰਵੇਸ਼ਨ ਆ ਉਹ ਲੈ ਕੇ ਤੋ ਲੀਡਰ ਬਣਦੇ ਆ, ਲੇਕਿਨ ਆਪਣੀ ਕਮਿਊਨਿਟੀ ਕਾ ਕੰਮ ਨਹੀਂ ਕੋਈ ਕਰਦੇ, ਉਸਕੇ ਬਾਰੇ ਤੋ ਆਪ ਬੋਲ ਸਕਦੇ ਕੁਛ? ਜੋ ਪੋਲੀਟੀਕਲ ਲੀਡਰ ਪੋਲੀਟੀਕਲ ਰਿਜ਼ਰਵੇਸ਼ਨ ਕੇ ਦੁਆਰਾ ਚੁਣ ਕਰ ਜਾਤੇ ਹੈ, ਉਹ ਜੁਆਇੰਟ ਇਲੈਕਟੋਰੇਟ ਮੇਂ ਚੁਣ ਕਰ ਜਾਤੇ ਹੈ, ਯਾ ਤੋ ਕਾਂਗਰਸ ਸੇ ਜਾਤੇ ਹੈ, ਯਾ ਤੋ BJP ਸੇ ਚੁਣ ਕਰ ਜਾਤੇ ਹੈ, ਯਾ ਜੋ ਨੈਸ਼ਨਲ ਲੈਵਲ ਕੀ 5 ਪਾਰਟੀਆਂ ਹੈ ਉਹ ਸਾਰੀ ਕੀ ਸਾਰੀ ਬ੍ਰਾਹਮਣੋ ਕੀ ਪਾਰਟੀਆਂ ਹੈ, ਉਨਸੇ ਟਿਕਟ ਮੰਗ ਕਰ ਉਹ ਚੁਣ ਕਰ ਜਾਤੇ ਹੈ। ਉਹ ਪਾਰਟੀ ਕੇ ਬੰਧੁਆ ਮਜ਼ਦੂਰ ਹੋਤੇ ਹੈ, ਪਾਰਟੀ ਕੇ ਬੰਧੁਆ ਮਜ਼ਦੂਰ ਹੋਣੇ ਕੀ ਵਜ੍ਹਾ ਸੇ ਉਹ ਇਮਾਨਦਾਰੀ ਸੇ ਕਾਮ ਨਹੀਂ ਕਰ ਸਕਦੇ, ਕਿਉਂਕਿ ਉਨਕੇ ਉਪਰ ਪਾਰਟੀ ਨੇ ਡਿਸਿਪਲਿਨ ਥੋਪਾ ਹੁਆ ਹੈ, ਔਰ ਉਸ ਡਿਸਿਪਲਿਨ ਕੇ ਦਾਇਰੇ ਮੇਂ ਰਹਿਕਰ ਉਨਕੋ ਕਾਮ ਕਰਨਾ ਪੜਤਾ ਹੈ, ਉਨਕੀ ਮਜ਼ਬੂਰੀ ਹੈ। ਥੈਂਕ ਯੂ ਵੈਰੀ ਮਚ ਜੀ। ਇਹ ਸੀ ਅੱਜ ਕੌਮ ਦੀ ਸੋਚ ਦੇ ਵਿੱਚ ਵਿਚਾਰ, ਬਾਮਨ ਮੇਸ਼ਰਮ ਜੀ ਜੋ ਵਾਮਸੇਫ ਦੇ ਪ੍ਰੈਜ਼ੀਡੈਂਟ, ਨੈਸ਼ਨਲ ਪ੍ਰੈਜ਼ੀਡੈਂਟ ਹਨ, ਉਹਨਾਂ ਦੇ ਵਿਚਾਰ ਆਪਣੇ ਸਨ, ਸਾਡੇ ਆਪਣੇ ਹਨ, ਚੌਹਾਨ ਜੀ ਦੇ ਆਪਣੇ ਹਨ। ਜੋ ਵੀ ਇਸ ਦੇ ਨਾਲ ਕਾਂਚੀ ਟੀਵੀ ਦਾ ਸਹਿਮਤ ਹੋਣਾ ਜਾਂ ਨਾ ਹੋਣਾ ਜ਼ਰੂਰੀ ਨਹੀਂ ਹੈ, ਲੇਕਿਨ ਮੈਂ ਇਸ ਦੇ ਐਂਡ ਦੇ ਉੱਤੇ ਕਿ ਪੀਨਕ ਸਿੰਘ ਚੌਂਕ ਜੀ ਜੋ 11 ਸਾਲ ਦੇ ਅੱਜ ਹੋਏ ਆ, ਤੇ ਉਹਨਾਂ ਦੇ ਬਾਬਾ ਦੇਵਰਾਜ ਚੌਂਕ ਜੀ 50 ਪਾਉਂਡ ਭੇਜਦੇ ਹਨ ਸਾਨੂੰ, ਜੋ ਅੱਜ ਟੀਵੀ ਪ੍ਰੋਗਰਾਮ ਅੰਮ੍ਰਿਤਸਰ ਤੋਂ ਚਲਾਇਆ। ਦਾਦੀ ਪਰਮਜੀਤ ਕੌਰ ਜੀ 20 ਪਾਉਂਡ ਭੇਜਦੇ ਹਨ, ਪਿਤਾ ਅਰਜਿੰਦਰ ਸਿੰਘ ਜੀ ਚੌਂਕ ਤੇ ਮਾਤਾ ਮੋਨਿਕਾ ਚੌਂਕ ਜੀ, ਅਸੀਂ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ। ਤੇ 15 ਐਤਵਾਰ 15 ਅਕਤੂਬਰ ਨੂੰ ਭਗਵਾਨ ਵਾਲਮੀਕ ਮਹਾਰਾਜ ਦਾ ਪ੍ਰਗਟ ਦਿਵਸ ਜਿਹੜਾ ਹੈ ਕਾਂਚੀ ਟੀਵੀ ਦੇ ਸਟੂਡੀਓ ਦੇ ਵਿੱਚ ਮਨਾਇਆ ਜਾ ਰਿਹਾ ਹੈ, ਉੱਥੇ ਸਾਰਿਆਂ ਨੂੰ ਸੱਦਾ ਪੱਤਰ ਦਿੱਤਾ ਜਾਂਦਾ ਹੈ ਕਿ ਤੁਸੀਂ ਉੱਥੇ ਪਹੁੰਚੋ ਤੇ ਰੌਣਕ ਨੂੰ ਵਧਾਓ। ਤੇ ਜਿਸ ਤਰ੍ਹਾਂ ਅਸੀਂ ਅੱਜ ਵੀਰਵਾਰ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਬਾਮਨ ਮੇਸ਼ਰਮ ਜੀ ਨੂੰ ਅਸੀਂ ਲੈ ਕੇ ਆਏ, ਅੱਜ ਸਾਡੇ ਕੋਲ ਪਹੁੰਚੇ ਹਨ, ਇਸੇ ਤਰ੍ਹਾਂ ਅਗਲੇ ਹਫ਼ਤੇ ਅਸੀਂ ਹੋਰ ਨਵੇਂ ਗੈਸਟਾਂ ਨੂੰ ਤੁਹਾਡੇ ਰੂਬਰੂ ਕਰਾਂਗੇ। ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਇਹ ਸਾਡਾ ਪ੍ਰੋਗਰਾਮ ਕਾਂਚੀ ਟੀਵੀ ਦੇ ਉੱਤੇ ਕੌਮ ਦੀ ਸੋਚ ਹੈ, ਇਸ ਦਾ ਨਾਂ ਹੀ ਕੌਮ ਦੀ ਸੋਚ ਹੈ, ਇਸ ਦੇ ਵਿੱਚ ਵੱਖਰੇ ਵੱਖਰੇ ਵਿਚਾਰ ਦਿੱਤੇ ਜਾਂਦੇ ਹਨ, ਧਾਰਮਿਕ ਤੌਰ ਤੇ ਵੀ, ਪੋਲੀਟੀਕਲ ਤੌਰ ਤੇ ਵੀ, ਔਰ ਜਾਤੀ ਤੌਰ ਤੇ ਵੀ ਅਸੀਂ ਇਸ ਦੇ ਵਿੱਚ ਜਿਹੜੀ ਹੈ ਗੱਲਬਾਤ ਕਰਿਆ ਕਰਾਂਗੇ। ਤੇ ਅਸੀਂ ਇੱਥੇ ਜਿਹੜਾ ਸਾਡੇ ਪ੍ਰੋਗਰਾਮ ਦੀ ਅਸੀਂ ਸਮਾਪਤੀ ਵੱਲ ਜਾ ਰਹੇ ਹਾਂ, ਤੇ ਅਸੀਂ ਹੁਣ ਜਿਹੜਾ ਪ੍ਰੋਗਰਾਮ ਹੈ ਖਤਮ ਹੋ ਜਾਏ, ਇੱਕ ਮਿੰਟ ਸਾਡੇ ਕੋਲ ਰਹਿੰਦਾ। ਚੌਹਾਨ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ? ਦੇਖੋ ਜੀ, ਅਸੀਂ ਅੰਤ ਵਿੱਚ ਅਸੀਂ ਤੁਸੀਂ ਬਾਬੂ ਮੇਸ਼ਰਾਮ ਜੀ ਕੋਲੋਂ ਵੀ ਸੁਣਿਆ ਇੱਕ ਪੋਲੀਟੀਕਲੀ ਸਟਰਕਚਰ ਸਾਡਾ ਕੰਸਟੀਟਿਊਸ਼ਨ ਸਟਰਕਚਰ ਕਿਸ ਤਰ੍ਹਾਂ ਹੈ, ਆਓ ਅਸੀਂ ਇਹਨੂੰ ਦਿਮਾਗ ਵਿੱਚ ਰੱਖ ਕੇ, ਕਿਉਂਕਿ ਜੋ ਸਾਡੇ ਲੀਡਰ ਇਹਦੇ ਵਿੱਚ ਕੋਈ ਸ਼ੱਕ ਨਹੀਂ, ਜਿੱਦਾਂ ਇਹਨਾਂ ਦੱਸਿਆ ਅਨਪੜ੍ਹਤਾ ਹੈ, ਪਾਰਟੀਆਂ ਦੀ ਆ ਉੱਤੇ ਡੰਡਾ ਹੈ, ਉਹਨੂੰ ਉਹਨਾਂ ਦੇ ਹਿਸਾਬ ਨਾਲ ਚੱਲਣਾ। ਜਦੋਂ ਜਦੋਂ ਵੀ ਇਲੈਕਸ਼ਨ ਹੁੰਦੀ ਅਸੀਂ ਸਭ ਸਮਝ ਕੇ ਅਸੀਂ ਉਹਨਾਂ ਨੂੰ ਆਪਣੇ ਇਲੈਕਟ ਕਰੀਏ, ਜਿਨ੍ਹਾਂ ਤੋਂ ਕੌਲਾਂ ਨਹੀਂ ਲੈ ਸਕੇ, ਜਿਨ੍ਹਾਂ ਦੀਆਂ ਕੌਲਾਂ ਅਸੀਂ ਉਹਨਾਂ ਤੋਂ ਵੀ ਸੋਰੀ ਮੰਗਦੇ ਹਾਂ। ਤੇ ਨੈਕਸਟ ਟਾਈਮ ਲਈ ਇਸ ਵੀਰਵਾਰ ਨੂੰ ਅਸੀਂ ਤੁਹਾਡੇ ਫਿਰ ਇਸੇ ਪ੍ਰੋਗਰਾਮ ਦੇ ਇਸੇ ਟਾਈਮ ਦੇ ਵਿੱਚ ਤੇ ਆਵਾਂਗੇ। ਜਦ ਤੱਕ ਇਜਾਜ਼ਤ ਦਿਓ, ਰੱਬ ਰੱਖਾ, ਜੈ ਗੁਰਦੇਵ, ਧੰਨ ਗੁਰਦੇਵ।